हेलो सत श्रीकाल जी पाजी, मैं जीता बोलदा एलफोर तो। हाँ जी पाजी मैं पूछना सीगा, मैं स्टूडेंट वीजे दे उपर आया सीगा ते मैं ओवरस्टे हो गया, हाँ जी पर मेरे कोल अपने इत्थे दी कुड़ी नाल बच्चा हैगा वा, ते ओ को पक्के होण दा चांस हैगा कुछ वीजा मिलदा? व्याह कीता ना? व्याह हजे कीता नहीं, कुड़ी 17 साल दी। राइट, ठीक है। तो फिर जो 18 दी होगी फिर व्याह करी मेरा वीर, उस तो बाद पाजी चांस है उस फिर तो कोई? बाद, उस तो बाद अप्लाई करके पता लगू मेरा वीर, पर होना ब्याह तो बाद ही है। चलो ठीक है पाजी, ओके, सत श्रीकाल जी। थैंक यू, सत श्री अकाल जी, शाबाश, तेरे जीता सिया। 16 साल दी न्याणा कर दिता, बधाइयां थानू। ते हुण तो एक दिन आऊगा कि कोई कहूगा मैं 14 साल दी कुड़ी दे भी कर दिता। बट जे तुसी, थोड़े को बच्चे आ इत्थे, तो बच्चे दे बेस ते तुसी केस ला सकते हैं। बेस्ट यही है कि तुसी व्याह करो अपने पार्टनर नाल, तो फिर दोनों पास्से केस लाओ, ਵਿਆਹ ਦੇ ਤੌਰ ਤੇ ਵੀ ਬੱਚਿਆਂ ਦੇ ਵੀ ਬੇਇੱਜ਼ਤੀ। ਪਰ ਵਿਆਹ 'ਚ ਵੀਜ਼ਾ ਤਾਂ ਮਿਲਦਾ ਜੇ ਤੁਸੀਂ ਦੋਨੋਂ 18 ਦੇ ਹੋਵੋਗੇ, ਤਾਂ 17-2 ਜੰਗ ਆ ਉਹਦੇ ਵਿੱਚ, ਹਾਂ, ਕਰਨ ਲਈ, ਅਪਲਾਈ ਕਰਨ ਲਈ। ਅਤੇ ਚਲੋ ਜੀ, ਇਟਸ ਟੂ ਯੰਗ ਫੋਰ ਲੋਟ ਆਫ ਥਿੰਗਸ, ਬਟ ਓਬਵੀਅਸਲੀ ਸਾਡਾ ਜੀਤਾ ਭਾਜੀ ਦਾ ਸਮਥਿੰਗ ਸਰ। ਚਲੋ ਜੀ, ਵਧਾਈਆਂ ਤੁਹਾਡੀ। ਇਹ ਬੱਚੇ ਹੋਣ ਨਾਲ ਜਾਂ ਵਿਆਹ ਕਰਨਾ ਹਰੇਕ ਚੀਜ਼ਾਂ ਦਾ ਹੱਲ ਨਹੀਂ ਹੁੰਦਾ, ਸੋ ਜੋ ਵੀ ਕਰਨਾ ਸੋਚ ਸਮਝ ਕੇ ਕਰੋ। ਕਿਸੇ ਚੀਜ਼ ਨੂੰ ਇਸਤੇਮਾਲ ਨਹੀਂ ਕਰਨਾ ਚਾਹੀਦਾ। ਖਾਸ ਤੌਰ 'ਤੇ ਜੀ ਇਹ ਪੁੱਛਣਾ ਚਾਹੀਦਾ ਕਿ ਮੇਰਾ ਫਾਇਦਾ ਹੈਗਾ ਜੀ ਇਹਦੇ ਨਾਲ, ਇਹਦੇ 'ਚ ਨਹੀਂ, ਇਹਦੇ 'ਚ ਨਹੀਂ, ਇਹ 'ਚ ਫਾਇਦਾ ਤਾਂ ਪਹਿਲਾਂ ਪੁੱਛਦੇ ਤੁਸੀਂ, ਨਾ ਕਿ ਬੱਚੇ ਹੋਣ ਤੋਂ ਬਾਅਦ। ਕਿਉਂਕਿ ਉਹ ਤੁਸੀਂ ਕੱਲ੍ਹ ਨੂੰ ਮੁੜ ਗਏ ਇੰਡੀਆ ਨੂੰ, ਤਾਂ ਬੱਚਾ ਤਾਂ ਬਿਨਾਂ ਬਾਪ ਤੋਂ ਪਲੇਗਾ ਨਾ, ਜੋ ਵੀ ਹੈਗਾ। ਸੋ ਉਹਦੇ ਵਿੱਚ ਮੁਸ਼ਕਿਲ ਹੈ। ਬਾਕੀ ਕੁੜੀਆਂ ਨੂੰ ਥੋੜ੍ਹੇ ਬਾਲ ਖੋ ਲੈਂਦੇ ਆ ਕਰੋ, ਹੈ ਜੀ, ਥੋੜ੍ਹੀ ਜਿਹਾ ਠੀਕ ਨਹੀਂ ਕੰਮ ਇਹ, ਕਿਉਂਕਿ ਉਹ ਵੀ ਕਿਸੇ ਦੀ ਭੈਣ ਆ ਜੋ ਵੀ ਆ। ਅਤੇ ਐਵੇਂ ਹੁਣ ਕੀ ਕਹਾਉਣਾ, ਤੁਹਾਨੂੰ ਪਤਾ ਹੀ ਆ ਅਗਲੀ ਫਰੇਜ਼ ਕੀ ਹੁੰਦੀ ਆ, ਜੇ ਆਪਣੇ ਨਾਲ ਹੋਵੇ ਫਿਰ ਬੰਦਾ ਕਿੱਦਾਂ ਭੜਕੂਗਾ। ਠੀਕ ਹੈ ਜੀ, ਅਗਲੇ ਨੂੰ ਪਹਿਲਾਂ ਤੁਸੀਂ ਪਤਾ ਕਰ ਲਿਆ ਕਰੋ ਕਿ ਹਾਂਜੀ, ਕਿ ਵਿਆਹ ਹੋ ਵੀ ਸਕਦਾ, ਵੀਜ਼ਾ ਲੱਗ ਵੀ ਸਕਦਾ। ਇਹ ਨਹੀਂ ਕਿ ਬੇਬੀ ਪਹਿਲਾਂ ਹੀ ਕਰ ਲਿਆ ਅਤੇ ਬਾਅਦ 'ਚ ਜੀ ਪੁੱਛੇ ਕਿ ਵੀਜ਼ੇ ਦਾ ਹੁਣ ਪੁੱਛ ਕੇ ਆਈਏ। ਸੋ ਬੇਬੀ ਨਾਲ ਕੋਈ ਹੱਲ ਨਹੀਂ ਹੁੰਦਾ, ਪਰ ਵਿਆਹ ਦਾ ਵੀਜ਼ਾ ਤੁਸੀਂ ਤਾਂ ਹੀ ਲਾ ਸਕਦੇ ਜੀ ਤੁਸੀਂ ਦੋਨੋਂ 18 ਦੇ ਹੋਣ। ਸੋ ਐਂਡ ਵਿਆਹ ਕਰ, ਅਤੇ ਉਸ ਤੋਂ ਬਾਅਦ ਜੋ 18 ਦੀ ਹੋਊਗੀ ਤਾਂ ਫਿਰ ਆਪਣਾ ਵਿਆਹ ਦੇ ਤੌਰ 'ਤੇ ਵੀ ਕੇਸ ਲਾਈ, ਤਾਂ ਬੇਬੀ ਦੇ ਤੌਰ 'ਤੇ ਵੀ ਕੇਸ ਲਾਈ। ਸੋ ਇਹਦੇ 'ਚ ਆਹ ਕਰੇ। ਚਲੋ ਹੁਣ ਅਸੀਂ ਆਉਂਦੇ ਅਗਲੇ ਕਾਲਰ। ਯੂ ਨੋ ਐਵਰੀ ਵੀਕ ਲਾਈਕ ਸਮਥਿੰਗ, ਜਸਟ ਵਨ ਆ ਥਿੰਕ ਆਫ ਹਰਡ ਐਂਡ ਸੀਨ ਇਟ, ਓ ਸਮਥਿੰਗ ਐਲਸ ਹੈਪਨਸ ਐਟ ਦ ਬਲੂ ਐਂਡ ਅ ਕਾਲਰ ਜਸਟ ਸਰਪ੍ਰਾਈਜ਼ਸ ਮੀ ਐਂਡ ਆਮ ਸ਼ੋਰ ਯੂ ਹੈਵ ਸੀਨ ਦੇ ਸਰਪ੍ਰਾਈਜ਼ ਹੋ। ਲਾਸਟ ਵੀਕ ਤੁਹਾਨੂੰ ਚੇਤਾ ਹੋਊਗਾ, ਪਹਿਲਾ ਕਾਲਰ ਕਹਿੰਦਾ ਸੀ ਜੇ ਮੇਰੀ ਘਰ ਵਾਲੀ ਮਰ ਜਾਵੇ ਮੈਂ ਪੱਕਾ ਹੋ ਜਾਊਂਗਾ। ਚਲੋ ਜੀ, ਨੇਕ ਵਿਚਾਰ। ਚਲੋ ਜੀ, ਮੈਂ ਕਿਹਾ ਚਲੋ ਉਹ ਤੋਂ, ਮੈਂ ਕਿਹਾ ਸ਼ਾਇਦ ਕੋਈ ਵਧੀਆ ਸਵਾਲ ਨਹੀਂ ਕੋਈ ਪੁੱਛ ਸਕਦਾ, ਬਟ ਹਾਂਜੀ ਪੁੱਛ ਹੀ ਲਿਆ ਕਿਸੇ ਨੇ ਅੱਜ ਕਿ ਹਾਂਜੀ। ਬਾਕੀ ਉਮਰ ਪੁੱਛ ਲਿਆ ਕਰੋ ਕੁੜੀਆਂ ਨਾਲ, ਮੁੰਡਿਆਂ ਨਾਲ ਜੋ ਤੁਸੀਂ ਇਹ ਕੰਮ ਕਰਦੇ ਹੁੰਦੇ ਨਾ, ਅਤੇ ਕਿਉਂਕਿ 16 ਸਾਲ ਦੀ ਥੱਲੇ ਕੁੜੀ ਨਾਲ ਆਹ ਕੰਮ ਕਰੂੰਗੇ ਨਾ, ਤਾਂ ਜੇਲ੍ਹ ਇੱਥੇ ਕਰ ਦਿੰਦੇ ਮੁਲਕ, ਤਾਂ ਇੰਡੀਆ 'ਚ ਕੁੱਟ ਕੁੱਟ ਕੇ ਮਾਰ ਦਿੰਦੇ, ਇੱਥੇ ਸਿਰਫ ਜੇਲ੍ਹ ਕਰਦੇ ਆ। ਹਾਂਜੀ, ਅਤੇ ਫਿਰ ਉਹਦੇ ਵਿੱਚ ਹਰੇਕ ਚੀਜ਼ 'ਚ ਫਾਇਦਾ ਨਹੀਂ ਪਾਲੀਦਾ ਹੁੰਦਾ ਕਿ ਜੀ ਖਣਾ ਸਾਈ ਲੋਕ ਵੀ ਡੋ ਇਜ਼ ਮਾਈ ਫੌਜੀ ਔਨ ਦ ਲੂਸ। ਹੈਲੋ 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 ਜੀ ਹੈਲੋ ਸਤਿ ਸ਼੍ਰੀ ਅਕਾਲ ਜੀ। ਹਾਂ ਸਤਿ ਸ਼੍ਰੀ ਅਕਾਲ ਜੀ। I'm an EU citizen and I got married to an Indian chap. You're a what I've citizen, been sorry? For 4 years right now. You're a what citizen, sorry? I'm an EU citizen. Yeah. And my husband is Indian. Right. And we got married like 4 years ago. Okay. And he's got visa for 5 years till 2016. Okay. But they said to us that after 5 years we can apply for the indefinite. That's right. And next year, 1st of June, is going to be our 5 years together. Okay. So can I apply for him yes, for you can. The indefinite? And which form should I use then? You need to use an EEA-4. Right, but which one? Because it's many EEA forms. No, EEA-4. Oh, my sister, EEA-4. Okay, 1, 2, 3, 4. Right, 4. EEA-4. 4. 4, okay. Okay, you use that. You're Polish? All right, then. Thank you so much. You sound Polish. Do I? Yeah, are you? Yes, I am. Ah, see, I recognize the Polish people everywhere. Thank you. Listen, Punjabi people owe your country big thanks. Thank you very much. Yes, you have a big thank you from Punjab. You girls have saved Punjabi boys. Thank you. EEA-4 you need to fill. No problem. Thank you very much. Thanks a lot. Thanks. Thank you very much. Lao ji.
ਪੰਜਾਬੀ ਤਾਂ ਅੱਗੇ ਫੋਨ ਕਰਦੇ ਸੀ, ਪਹਿਲੀ ਵਾਰੀ ਮੈਨੂੰ ਵਧਾਈਆਂ ਦਿਓ, ਪੋਲਿਸ਼ ਕੁੜੀ ਨੇ ਫੋਨ ਕੀਤਾ ਸ਼ੋਅ 'ਤੇ, ਕੰਗ੍ਰੈਚੁਲੇਸ਼ਨਸ, ਵੀ ਹੈਵ ਮੇਡ ਹਿਸਟਰੀ, ਸੋ ਪੋਲਿਸ਼ ਵੁਮਨ ਫਾਊਂਡ ਆਫਟਰ ਈਅਰਸ ਐਂਡ ਈਅਰਸ ਆਫ ਥੈਂਕ, ਨਾਥਿੰਗ, ਥੈਂਕ ਯੂਅਰ ਕੰਟਰੀ, ਵੀ ਲਵ ਯੂਅਰ ਕੰਟਰੀ, ਵੀ ਆਰ ਫਰੋਮ ਪੰਜਾਬ, ਵੀ ਲਵ ਦਾ ਪੋਲੈਂਡ, ਵੀ ਵਿਲ ਵਨ ਡੇ ਵੀ ਵਿਲ ਮਰਜ ਦਾ ਟੂ, ਵੀ ਵਿਲ ਟਵਿਨ ਦਾ ਟੂ, ਪੀ ਫੋਰ ਪੋਲੈਂਡ, ਪੀ ਫੋਰ ਪੰਜਾਬ, ਸੋ ਵੀ ਲਵ ਦਮ। ਦੇਖੋ ਕਿੰਨੀ ਬੀਬੀ ਕੁੜੀ ਆ, ਪੋਲਿਸ਼ ਕੁੜੀ ਆ, ਆਪ ਫੋਨ ਕਰਕੇ ਸਲਾਹ ਲਈ ਹਸਬੈਂਡ ਲਈ, 4 ਸਾਲ ਹੋ ਗਏ ਰਹਿੰਦੇ ਨੂੰ, 5ਵੇਂ ਤੋਂ ਬਾਅਦ ਪੱਕਾ ਵੀ ਕਰਾਉਣਾ, ਬੀਬੀ ਨਹੀਂ ਹੋਰ ਕੀ ਹੈ। ਤੁਸੀਂ ਕਹਿੰਦੇ ਕਿ ਜੀ 2 ਨੰਬਰ ਲਈ ਵਿਆਹ ਕਰਦੇ ਆ, ਮੁੰਡੇ ਇੱਦਾਂ ਕਰਦੇ ਆ, ਕਈ ਮੁੰਡੇ ਇੱਦਾਂ ਦੇ ਆ ਜਿਨ੍ਹਾਂ ਨੇ ਅੱਖਾਂ 2 ਹੀ ਹੁੰਦੀਆਂ, ਜਿੱਥੇ ਲੜ ਗਈਆਂ ਲੜ ਗਈਆਂ, ਇਹਨਾਂ ਨਾਲ ਰਹਿੰਦੇ ਵੀ ਆ, ਘਰ ਵੀ ਵਸਾਉਂਦੇ ਆ, ਬੱਚੇ ਵੀ ਬਣਾਉਂਦੇ ਆ, ਅਤੇ ਇਹ ਵੀ ਇੱਜ਼ਤ ਕਰਦੀਆਂ ਇੰਟਰਨ, ਸੋ ਗੁੱਡ ਔਨ ਯੂ। ਜਿਨ੍ਹਾਂ ਨੇ ਵੀ ਪੋਲਿਸ਼ ਨਾਲ ਵਿਆਹ ਕੀਤਾ, ਯੂਰੋਪੀਅਨ ਦਾ, ਉਹਨਾਂ ਦੇ ਘਰ ਵੱਸਦੇ ਆ, ਗੁੱਡ ਔਨ ਯੂ ਆ ਸਾਈ। ਸੋ ਇਹਦੇ ਵਿੱਚ ਲੁੱਕ ਕਾਂਟ ਬਲੀਵ ਇਟ, ਆਮ ਸੋ ਹੈਪੀ ਟੁਡੇ, ਅਤੇ ਜ਼ਰੂਰ ਮੈਂ ਖੁਸ਼ੀ 'ਚ ਘਰ ਜਾ ਕੇ ਇੰਜੋਏ ਕਰੂੰਗਾ 2 ਪੈਗ ਲਾ ਕੇ, ਕਿ ਪਹਿਲੀ ਵਾਰੀ ਪੋਲਿਸ਼ ਵਧਾਈਆਂ ਨੇ ਨਵੇਂ ਮੀ ਟੀ ਵੀ ਵਾਲੇ ਨੂੰ, ਅਤੇ ਤੁਹਾਨੂੰ ਯੂਰੋਪੀਅਨ ਵਾਲੇ ਵੀ ਫੋਨ ਕਰਨ ਲੱਗ ਪਏ, ਬਟ ਇਟਸ ਗੁੱਡ ਐਨੀ ਵੇ। ਲਾਈਕ ਆਈ ਸੈਡ, ਇਫ ਯੂ ਮੈਰੀ ਅ ਯੂਰੋਪੀਅਨ ਗਰਲ, ਦੈਨ ਯੂ ਕੈਨ ਗੈਟ ਯੋਰ ਵੀਜ਼ਾ ਐਂਡ ਯੂ ਕੈਨ ਗੈਟ ਯੋਰ ਇਨਡੈਫਨਿਟ ਆਫਟਰ 5 ਈਅਰਸ, ਐਂਡ ਦੈਟਸ ਐਜ਼ ਲੌਂਗ ਐਜ਼ ਇਟਸ ਨੋਟ ਅ ਸ਼ੈਮ ਮੈਰਿਜ, ਦੈਟਸ ਦਾ ਕਿੰਗ, ਐਜ਼ ਲੌਂਗ ਐਜ਼ ਯੂਰ ਜੈਨੂਇਨ ਐਂਡ ਯੂ ਲਵ ਈਚ ਅਦਰ, ਨੋ ਪ੍ਰੋਬਲਮ। ਐਂਡ EEA ਫੋਰਮ ਯੂ ਹੈਵ ਟੂ ਫਿਲ ਇਨ ਇਜ਼ ਕਾਲਡ ਅ EEA 4, ਸੋ ਇਫ ਯੂ ਸਿਟ ਡਾਊਨ, ਫਿਲ ਦੈਟ ਇਨ, ਯੂ ਸੈਂਡ ਇਟ ਆਫ to Liverpool, you'll get both your passports back and your husband will get the indefinite, no problem. And once again, thank you to Poland. We love Poland. Ek wari main jaana Poland yaar, tusi ta apne sohre gaye nahi, main jaunga tuhade sohre yaar, te main zarur utthe film bana ke aunga, dekhunga kidda de utthe country kidda de reh rahe aa, main oh dhanwad karke aunga prime minister da personally, ohnu karke aunga ke ji hai thank you, tusi tuhadi bahut badi deen aa punjabi sabhyachar nu. Hello ji, sat sri akal ji. ਚੌਦਾਂ ਸਾਲ ਤਾਂ ਹੋਏ ਨੀ ਸੀ ਤੁਹਾਨੂੰ, ਚੌਦਾਂ ਕਿੰਨੇ ਹੁੰਦੇ ਆ, 10+4, ਤੁਹਾਡੇ 14 ਤਾਂ ਹੋਏ ਨੀ ਸੀ, ਫਿਰ ਹੁਣ ਮਿਲ ਗਿਆ, ਲਵ ਲੈਟਰ ਆ ਗਿਆ ਜੀ ਉਹਨਾਂ ਦਾ, ਲਵ ਲੈਟਰ ਆ ਗਿਆ। ਹਾਂਜੀ, ਚਲੋ ਹੁਣ 20 ਸਾਲ ਕੱਢੋ, ਹੁਣ 20 ਸਾਲ ਕੱਢੋ ਮੇਰਾ ਵੀਰ, ਮਹਾਰਾਜ ਤੁਸੀਂ ਵਕੀਲ ਦਾ ਦੇਖ ਹੀ ਲਿਆ ਕਿੰਨਾ ਕਿਹਾ ਸੱਚ ਹੈ, ਨਹੀਂ ਤੁਹਾਨੂੰ ਪੈਸੇ ਚੰਗੇ ਨਹੀਂ ਲੱਗਦੇ ਮੇਰਾ ਵੀਰ, ਫਿਰ ਤੁਸੀਂ ਕਾਹਨੂੰ ਵੇਸਟ ਕਰਦੇ ਆ, ਜੇ ਤੁਹਾਨੂੰ ਮੈਂ ਤੁਸੀਂ ਕਿੰਨੇ ਚਿਰ ਤੋਂ ਟੀਵੀ ਦੇਖ ਰਹੇ, ਤੁਹਾਨੂੰ ਮੈਂ ਇਹੀ ਦੱਸਣਾ ਕਿ 14 ਸਾਲੋਂ ਬਾਅਦ ਕੇਸ ਲਾਈਦਾ, ਨਾ ਕਿ ਪਹਿਲਾਂ, ਫਿਰ ਜੇ ਤੁਸੀਂ ਪਹਿਲਾਂ ਲਾਉਣਾ ਸੀ, ਤੁਸੀਂ ਪੈਸੇ ਦੇ ਕੇ ਨਾ ਆਪਣਾ ਨੁਕਸਾਨ ਕਰਾਇਆ, ਹੁਣ ਪੁੱਛੂਗੇ ਕਿੱਦਾਂ ਭਾਅ ਜੀ, ਇੱਕ ਤਾਂ ਤੁਹਾਡੇ ਫਿੰਗਰ ਵੀ ਹੋ ਗਏ ਹੋਣੇ ਸੁੱਖ ਨਾਲ, ਫਿੰਗਰ ਹੋ ਗਏ, ਬਸ ਫੇ ਹੁਣ ਹੋਮ ਆਫਿਸ ਵਾਲੇ ਹੁਣ ਚਿੱਠੀ ਵੀ ਆ ਗਈ ਹੋਣੀ ਕਿ ਨਿਕਲੋ ਸਾਡੇ ਮੁਲਕ ਚੋਂ, ਉਹ ਚਿੱਠੀ ਜਿਹੜਾ ਰਿਫਿਊਜ਼ਲ, ਜਿਹੜੀ ਰਿਫਿਊਜ਼ਲ ਚਿੱਠੀ ਹੁੰਦੀ ਆ ਨਾ, ਉਹਦੇ ਐਂਡ ਤੇ ਲਿਖਿਆ ਹੁੰਦਾ ਕਿ ਨਿਕਲੋ, ਨਾਲੇ ਫੋਨ ਨੰਬਰ ਵੀ ਦਿੱਤਿਆ ਹੁੰਦਾ ਕਿ ਸਾਨੂੰ ਇਸ ਤਰੀਕ ਤੋਂ ਪਹਿਲਾਂ ਫੋਨ ਕਰੋ, ਨਹੀਂ ਤਾਂ ਅਸੀਂ ਆਈਏ ਤੁਸੀਂ ਜਾਣਾ। ਅੱਛਾ, ਹਾਂਜੀ, ਉਹ ਵੀ ਲਿਖਿਆ, ਪੜ੍ਹ ਲਈ ਮੇਰਾ ਵੀਰ, ਫਿਰ ਨਾਲੇ ਰਿਫਿਊਜ਼ ਕਰਾਇਆ ਤੂੰ ਆਪਣੇ ਆਪ ਨੂੰ, ਨਾਲੇ ਫੀਸ ਵੀ ਦਿੱਤੀ, ਪਤਾ ਤਾਂ ਹੁੰਦਾ ਹੀ ਆ ਭਾਜੀ, ਨਹੀਂ ਉਹ ਤਾਂ ਫਿਰ ਵੀ ਹੋ ਗਏ, ਉਹ ਕਿਹੜਾ ਤੁਹਾਨੂੰ ਹੁਣ ਮਿਲਿਆ ਕੁਛ ਮੇਰਾ ਵੀਰ, ਉਹ ਤਾਂ ਇਹੀ ਆ ਕਿ ਗਲਤ ਪਾਸੇ ਤੁਸੀਂ ਨੱਠੇ ਤਾਂ ਅਗਲੇ ਨੇ ਝੰਮ ਲਾ ਲਈ, ਚਲੋ ਕੋਈ ਗੱਲ ਨਹੀਂ, ਉਹ ਤਾਂ ਹੋ ਗਿਆ। ਹਾਂਜੀ, ਹੁਣ ਦੱਸੋ, ਹੁਣ 20 ਸਾਲ ਠਹਿਰੋ ਮੇਰਾ ਵੀਰ, ਉਹ ਵੀ ਤਾਂ ਹੁੰਦਾ ਜੇ ਰਿਫਿਊਜ਼ ਨਾ ਹੋਏ ਹੁਣ, ਹਾਂ ਹੁਣ ਤਾਂ ਔਖਾ ਹੀ ਆ ਫਿਰ। ਅੱਛਾ, ਠੀਕ ਹੈ ਜੀ।
ਤਾਂ ਹੋਰ ਪੈਸੇ ਨਾ ਦਿਓ ਵਕੀਲਾਂ ਨੂੰ ਮੇਰਾ ਵੀਰ, ਹੈਂ ਤੇ ਜੇਬ ਚ ਰੱਖੋ ਜਾਂ ਪਿੰਡ ਭੇਜ ਦਿਓ। ਹਾਂ ਜੇ ਬਾਹਲੇ ਆਇਓ ਆ ਤਾਂ ਕੋਈ ਗੱਲ ਨੀ, ਇੰਜੋਏ ਕਰ, ਪਰ ਵਕੀਲਾਂ ਨੂੰ ਨਾ ਦੇ। ਤੇਰੀ ਚੰਮ ਲੈ ਗਈ ਚੰਗੀ ਤਰ੍ਹਾਂ, ਕੋਈ ਗੱਲ ਹੁਣ ਨਾ ਲਹਾਈ। 14 ਦਾ ਮਤਲਬ 14 ਹੁੰਦਾ ਮੇਰਾ ਵੀਰ, 11:30 ਨੀ ਸਭ। ਚਲੋ ਜੀ, ਮੈਨੂੰ ਬੜੀ ਹੈਰਾਨੀ ਹੈ ਜੀ ਇਸ ਗੱਲ ਦੀ ਕਿ ਮੈਂ ਹਰੇਕ ਹਫ਼ਤੇ ਇੱਥੇ ਆ ਕੇ ਤੁਹਾਨੂੰ ਕੀ ਦੱਸਣਾ ਸਾਰਾ ਸੱਚ। ਜਿਸ ਦਿਨ ਇਹ ਬੰਦ ਹੋਏ ਮੈਂ ਤੁਹਾਨੂੰ ਇਹ ਵੀ ਕਿਹਾ ਸੀ ਕਿ 14 ਤੋਂ ਬਾਅਦ ਹੋਏ ਤਾਂ ਲਾਓ, ਪਰ ਤੁਸੀਂ ਨਹੀਂ ਹਟਦੇ। ਤੁਸੀਂ ਗਲਤ ਬੰਦਿਆਂ ਦੇ ਕੋਲ ਜਾਣ ਕੇ ਜਾਂਦੇ ਆ, ਨਾਲੇ ਲਹਾਉਣੇ ਚੰਮ, ਫਿਰ ਉਹਨੇ ਰਿਫਿਊਜ਼, ਫਿਰ ਅਗਲੇ ਕਹਿੰਦੇ ਕਿ ਹੁਣ ਤੂੰ ਹਰਜਾਪ ਕੋ ਜਾਇਆ, ਹੁਣ ਤੇਰੀ ਚੰਮ ਤਾਂ ਲਾਈ ਹੋ ਆ, ਹੁਣ ਤੇਰੇ ਕੋਲ ਹੈ ਨਹੀਂ ਅੜਿੱਕੇ। ਹਲੇ ਤੁਹਾਨੂੰ ਹਾਈ ਕੋਰਟ ਦਾ ਨਹੀਂ ਦੱਸਿਆ ਹੁਣ ਕਿ ਹਾਈ ਕੋਰਟ ਜਾ, 3-4 ਹਜ਼ਾਰ ਪਾਉਂਡ ਉਹਦੇ 'ਚ ਆ, ਜਿਹੜੇ 4 ਖੰਭੇ ਦੇ ਕੋਲ ਪੈਸੇ ਰੜਕਦੇ ਆ ਨਾ, ਹੁਣ ਉਹ ਕੱਢਣੇ, ਐਂ ਨੰਗ ਕਰਕੇ ਤੁਹਾਨੂੰ ਭੇਜਣਾ ਆ। You can't help these people sometimes because you tell them the right thing, you bang on every week and you tell them this is 14 means 14. It doesn't mean 11 and a half. Even a baby knows that. ਇੱਕ 10 ਸਾਲ ਦੇ ਨਿਆਣੇ ਨੂੰ ਪਤਾ ਕਿ 14 ਸਾਲ ਕਦੋਂ ਪੂਰੇ ਹੁੰਦੇ ਕਦੋਂ ਨਹੀਂ। ਸੋ ਤੁਸੀਂ ਪਹਿਲਾਂ ਲਾਤੇ ਕੇਸ ਤਾਂ ਤੁਹਾਡੇ ਨਾਲ ਫਿਹਾਈ ਹੋਣੇ ਸੀ, ਰਿਫਿਊਜ਼ ਹੋਣੇ ਸੀ। ਹਲੇ ਤੁਸੀਂ ਪੁੱਛਣੇ ਭਾਅ ਜੀ ਅਪੀਲ ਲਾ ਲਈ ਹੈ, ਯਾਨੀ ਉਹ ਪਹਿਲਾਂ ਚੰਮ ਲਾ ਲਈ, ਉਹ ਤੁਹਾਡੇ ਗਲਤ ਖਾਨੇ 'ਚ ਪਈ ਨਹੀਂ, ਅਕਲ 'ਚ ਨਹੀਂ ਪਈ ਕਿ ਤੁਹਾਡੀ ਚੰਮ ਲਾਈ ਹੋ। ਇਹ ਤਾਂ ਉਹ ਗੱਲ ਆ ਕਿ ਇੱਕ ਬੰਦੇ ਨੇ ਤੁਹਾਡੇ ਨਾਲ ਠੱਗੀ ਕਰ ਲਈ ਤਾਂ ਤੁਸੀਂ ਪੁੱਛੇ ਭਾਅ ਜੀ ਉਹ ਫਿਰ ਵੀ ਕਹਿੰਦਾ ਮੈਂ ਤੁਹਾਡਾ ਕੰਮ ਕਰਾ ਦੂੰ, ਮੈਂ ਕਰ ਦੂੰਗਾ। ਬੜੇ ਹੈਰਾਨੀ ਵਾਲੀ ਗੱਲ ਆ, ਜਿਹੜਾ ਸਹੀ ਕਹਿੰਦਾ ਉਹਨੂੰ ਤਾਂ ਤੁਸੀਂ ਉੱਲੂ ਸਮਝਦੇ, ਉਹਦੇ ਲਈ ਤਾਂ ਕੋਈ ਕਦਰ ਹੀ ਨਹੀਂ। ਸੱਚੀ ਗੱਲ ਜ਼ਹਿਰ ਰੰਗ ਲੱਗਦੀ ਹੈ। ਉਹ ਗੱਲ ਹੋ ਗਈ ਭਾਈ ਮੈਂ ਬਿਮਾਰ ਹਾਂ, ਦਵਾਈ ਦੱਸੋ, ਦਵਾਈ ਦੱਸਤੀ। ਭਾਈ ਮੈਂ ਦਵਾਈ ਤਾਂ ਤੁਹਾਡੀ ਪੀਤੀ ਨਹੀਂ ਪਰ ਮੈਂ ਠੀਕ ਵੀ ਨਹੀਂ ਹੋਇਆ, ਉਲਟਾ ਮੈਂ ਜ਼ਹਿਰ ਪੀ ਲਿਆ, ਹੈਂ ਮੇਰਾ ਹੁਣ ਸੜਨ ਜਿਹੀ ਹੋਣ ਦਈ ਇੱਥੇ, ਹੈ ਨਾ, ਮੇਰਾ ਹੁਣ ਹੌਟ ਹੌਟ ਫੀਲ ਹੁੰਦਾ ਇੱਥੇ ਕਾਲਜ 'ਚ ਕਿ ਭਾਈ ਕੀ ਹੋ ਗਿਆ, ਮੈਂ ਠੀਕ ਹੋ ਜੂੰ। ਹਾਂਜੀ ਬਿਲਕੁਲ, ਜ਼ਰੂਰ ਠੀਕ ਹੋਊ ਮੇਰਾ ਵੀਰ, ਤੂੰ ਠੀਕ ਹੋਊ। ਅਜੇ 4 ਕਰਦੇ ਉਹ ਵੀ ਜੇ ਜ਼ਿਆਦਾ ਪੈਸੇ ਆਇਆ ਹੋਣਾ ਫੌਜੀਆਂ ਕੋਲ, ਤੁਸੀਂ ਪਿੰਡ ਭੇਜ ਦਿਆ ਕਰੋ ਜਾਂ ਗੁਰਦੁਆਰੇ ਚੜ੍ਹਾ ਦਿਆ ਕਰੋ ਜਾਂ ਕਿਸੇ ਗਰੀਬ ਦਾ ਭਲਾ ਕਰ ਦਿਆ ਕਰੋ, ਠੀਕ ਹੈ। ਇੱਦਾਂ ਦੇ ਤੁਹਾਨੂੰ ਕੇਸ ਪਾਉਣ ਲਈ ਝੂਠੀ ਆਸਾਂ ਦੇ ਵਿੱਚ, ਜਿੱਥੇ ਤੁਹਾਨੂੰ ਨਾਲੇ ਸੱਚ ਦਾ ਪਤਾ ਹੋਵੇ ਫਿਰ ਵੀ ਜਾਣ ਕੇ ਫਸਦੇ ਆ। ਫਿਰ ਮੈਨੂੰ ਜਿਹੜੇ ਬਾਕੀ ਵਕੀਲ ਮੈਨੂੰ ਫੋਨ ਕਰਕੇ ਦੱਸਦੇ ਆ ਕਿ ਯਾਰ ਤੂੰ ਕਾਹਨੂੰ ਸੱਚ ਦਾ ਡੰਡੋਰਾ ਪਿੱਟਦਾ, ਸਾਨੂੰ ਚੰਮ ਲਾ ਦਿੰਦੇ ਕਿ ਅਸੀਂ ਆਪਣੇ ਗਾਹਾਂ ਨਿਆਣੇ ਪਾਲਣੇ, ਅਸੀਂ ਆਕਸਫੋਰਡ ਭੇਜਿਓ ਨਿਆਣੇ, ਇੰਨੀ ਇੰਨੀ ਮੋਟੀ ਮੋਟੀ ਫੀਸਾਂ ਹੈ, ਤੂੰ ਸਾਨੂੰ ਲਾ ਲੈਂਦੇ ਚੰਮ, ਇੱਕ ਤੂੰ ਆ ਕੇ ਸਾਡਾ ਕੰਮ ਖਰਾਬ ਕਰ ਲੈਣਾ। ਫਿਰ ਉਹ ਠੀਕ ਹੀ ਕਹਿੰਦੇ, ਉਹ ਮੈਨੂੰ ਪਤਾ ਕੀ ਕਹਿੰਦੇ, ਉਹ ਕਹਿੰਦੇ ਇਹ ਲੋਕ ਹੈ ਹੀ ਇਸ ਲਾਇਕ ਕਿ ਇਹ ਲੁੱਟਣ ਵਾਲੇ ਸਭ, ਉਹ ਆਹ ਐਟੀਟਿਊਡ ਆ। ਮੈਂ ਤੁਹਾਨੂੰ ਇੱਕ ਦਿਨ ਟੇਪ ਕਰਕੇ ਸੁਣਾਊਂਗਾ ਜੀ, ਤੁਹਾਨੂੰ ਨਹੀਂ ਯਕੀਨ ਦੀ ਗੱਲ। ਬਾਕੀ ਦੇ ਤਾਂ ਕਹਿੰਦੇ ਕਹਿੰਦੇ ਸਾਨੂੰ ਚੰਮ ਲਾ ਦਿੰਦੇ, ਤੂੰ ਕਿਉਂ ਲੱਗਾ, ਬੜਾ ਸੱਚਾ ਬਣ ਰਿਹਾ ਆ, ਬੜਾ ਹੀਰੋ ਬਣਨਾ ਚਾਹੁੰਦਾ, ਤੂੰ ਚੰਮ, ਤੂੰ ਆਪ ਵੀ ਚੰਮ ਲਾ ਇਹਨਾਂ ਦੀ, ਨਾਲੇ ਸਾਨੂੰ ਲਾ ਲੈਂਦੇ, ਤੂੰ ਸਭ ਪੁੱਠੀ ਗੱਲ ਦੱਸਿਆ ਕਰ। ਤਾਂ ਫਿਰ ਮੈਂ ਹੁਣ ਜਦੋਂ ਇਹ ਗੱਲਾਂ ਸੁਣਦਾ ਤਾਂ ਮੇਰੇ ਦਿਮਾਗ 'ਚ ਸੋਚਦਾ ਕਿ ਉਹ ਠੀਕ ਕਹਿੰਦੇ ਕਿ ਤੁਸੀਂ ਸੱਚਮੁੱਚ ਹੀ ਜਾਣ ਭਰ ਬੁੱਝ ਕੇ ਉਹਨਾਂ ਤੋਂ ਆਪਣੀ ਚੰਮ ਲਾਉਂਦੇ ਆ। ਐਂਡ ਯੂ ਕਾਂਟ ਹੈਲਪ ਪੀਪਲ ਲਾਈਕ ਦੈਟ, ਯੂ ਕਾਂਟ ਹੈਲਪ ਪੀਪਲ ਲਾਈਕ ਦੈਟ ਹੂ ਆਰ, ਯੂ ਟੈਲ ਦਮ ਦ ਟਰੂਥ, ਯੂ ਸਿਟ ਦੇਅਰ ਬਟ ਦੇ ਆਰ ਹੈਲ ਬੈਂਟ ਔਨ ਗੈਟਿੰਗ ਐਡਵਾਈਸ। ਐਂਡ ਅੱਛਾ ਪੁੱਛੀ ਤੁਹਾਡੇ ਤੋਂ ਜਾਊਗੇ ਸਾਰਾ ਕੁਛ ਸੱਚ ਜਾਣਦੇ, ਕੇਸ ਪੁੱਠੇ ਬੰਦੇ ਕੋਲ ਆ ਕੇ ਰਿਫਿਊਜ਼ ਕਰਕੇ, ਯੂ ਨੋ ਆਹ ਖੋਲਮ ਆਸਕ ਹਾਊਸ, ਯੈਸ ਆਸਕ ਹਾਊਸ, ISK HOUS, that's what they're called, the people who go around asking you for advice and then don't take them, do exactly the opposite. So next time you see someone like that, you can go, you're right, ask how you are. Chalo ji, te itthe jehde India to aaye main dekhya oh zyada angrezi dwale hoye ho, khaas taur te sadi bibiyan sadi ladkiyan jo aaiyan oh bahut kadiyan han paaji, main fir aayi si in 2009 from a college gayi si, college wani kehnde college ਮੈਂ ਕਾਲਜ ਗਈ ਸੀਗੀ, ਫਿਰ ਮੈਂ ਸੋਚਿਆ ਨਾ, ਫਿਰ ਮੈਂ ਬਾਈ ਵੀ ਲੈ ਲਿਆ, ਫਿਰ ਮੈਂ ਆਪਣਾ ਹਸਬੈਂਡ ਲੱਭ ਕੇ ਫਿਰ ਮੈਂ ਬਾਈ ਵੀ ਲੈ ਲਿਆ, ਫਿਰ ਹੁਣ ਮੈਂ ਹੁਣ ਸਟਾਈਲ ਲੈਣੀ ਚਾਹੁੰਦੀ ਹਾਂ ਸਰ। ਉਹ ਤੁਸੀਂ ਜੀ, ਮੇਰੀ ਇੱਕ ਬੇਨਤੀ ਹੈ ਜੀ, ਜਾਂ ਤਾਂ ਪੰਜਾਬੀ ਬੋਲਿਆ ਕਰੋ ਜਾਂ ਤਾਂ ਅੰਗਰੇਜ਼ੀ, ਅਜੇ ਦੋਨੋਂ ਮਿਕਸ ਜਿਹਾ ਮੈਨੂੰ ਤਾਂ ਸਮਝ ਨਹੀਂ ਆਉਂਦਾ, ਅਤੇ ਇਹਦੇ ਵਿੱਚ ਤੁਸੀਂ ਕਿਸੇ ਨੂੰ ਇੰਪ੍ਰੈਸ ਕਰਨ ਲੱਗੇ ਹੋਣੀ, ਇਹ ਤਾਂ ਹੈ ਨਹੀਂ ਕਿ ਜ਼ਿਆਦਾ ਅੰਗਰੇਜ਼ੀ ਬੋਲ ਕੇ ਤੁਹਾਨੂੰ ਜ਼ਿਆਦਾ ਵੀਜ਼ੇ ਮਿਲ ਜਾਣੇ ਆ। ਹੈਲੋ, ਸੋਰੀ, am I speaking to Mr. Singh? Yes, speaking. Hi sir, my name is Sean and I'm calling you from PC Wizard, and this call is in regards to your computer, okay? What? Listen, this is a TV show. You're phoning live on TV. Your son is telling me your computer. And they fly me. Only on Legal Solutions. Can somebody try cold call me live on air? Hello ji, I am calling regards your computer. Why that can call somebody else, my brother, on the computer? Ha, tu bechara ek ta tera long distance da bill paya, tu India to phone karda. Dekh bhai, computer da pata nahi, je visa lo aa da gall das. Aa, so
चलो जी फोन कट हो गया. इफ यू बॉट द वीजा देन यू टॉक टू मी, फॉरगेट द कंप्यूटर, वी आर टॉकिंग अबाउट अ वीजा. यू नो व्हाट, दिस शो जस्ट कैरीज ऑन टू अमेज मी, टू अमेज मी. कैन यू बिलीव इट? आ फिर आ भाई बाजू दा फोन. आई होप इट्स नॉट मिस्टर सिंह. He's selling me a computer. Chalo, main computer leke aana. Oh, Mr. Oh, thode jaha deluded hai. Unnu main jadon visa buzze ch phasaunna kite tainu lyaunne aa kite ragi rugi biyak bana ke ya koi kabaddi player bana ke pama 40 kilo da bhaar aa koi gal nahi lyaunne aa. Bach koi gal nahi. Main da inna computer da sort out karke aana. Hello. Hello. Yes, hi, can you hear me? Yep. Hi, yeah, what it is, my cousin got married to she didn't get married to my husband. I separated from my husband. Right. And my cousin came from India and she had a short-term affair with my husband. She claimed that she was having his baby. Oh, lovely. And she got his name on the birth certificate because he's a British citizen. Right. She got her visa a few months ago. Right. But now that, you know, my husband tried to claim custody of the child, yeah, she's taken the baby and said that he's not the biological father. She only used him to get a visa to remain in the country. Right. Now, my husband said that, well, okay, then if that's the case, I want to take my name off the birth certificate. That's right, yeah. And she's refusing to do that. She says, if I do that, then I've got no leg to stand on in this country. Yeah. Because I know I have to leave and go back to India. Yeah. So I need to know, what is it that we can do to get out of this mess? What, are you with your husband again now? Yes. Right, okay. What your husband has to do is apply to the court for something called a DNA test. Right, and then the court can order a DNA test to see if he is the father or not. Right. And if he isn't the father, then he should write to the Home Office and then say, look, this visa's been obtained by fraud. Right. Yeah. That's okay. What he needs to do. So the visa's basically void anyway. Well, is the kid his or not? No, it's not his. We had doubts from the beginning. But when she came to the house to take the child, she came with her actual boyfriend. She planned it with her boyfriend from India to do a scam. Because she took advantage of our breakdown in our marriage. Right. It's a real seedy business, right. Okay, what you need to do, your husband needs to request a DNA test to see if the baby's his or not. Once it's proved it's not his, you need to enclose that test to the Home Office and then say cancel that visa that's been obtained by fraud. Okay. Yeah, that's what you need to do. But that's your starting point, is to go to court and to go... You need to speak to someone called like Gurvinder Basi, really, who comes on the show here regularly. Okay. He's a family lawyer. And if you phone our office tomorrow, I can give you his details. And he'll help you out of this mess. Because there's two elements to this. One is a family matter that where you need to prove that he's not the dad. Yeah. And secondly, you need to then write to Home Office and say, look, you've been victim of a fraud. And the Home Office will then cancel a visa. Fantastic. Right, that's what you need to do. Brilliant. And good you. Luck Thank in you your so marriage. Much for your help. And hope your husband's learned his lesson. Well, I hope he has. Thank you so much. Okay, take care. Thank you, bye-bye. Cheers, bye. Jalogi. Mate, when I tell you lot that in immigration, in this job, I see everything that goes on in our community, and I see the worst of our community, I'm not lying. You had it there yourself. That isn't a set-up call or anything like that. That's there, you know, in front of you. Mata ji, yehi kohonga ji, bach ke raho. Ta apne praunen nu bhi bacha ke rakho. Siddhi ji gal ya. Ek ni shikayat hondi. Dekho, sari kudiyan ni kharab. पर बहुत शिकायतें आ रही हैं कि अजकल जमाना खराब है. इंडिया की कुड़ियां आई हैं तो उन्होंने भी माड़ा होंगे, तो कई आके माड़ा भी कर दें. मुंडिया भी एग्जैक्टली द सेम है. मैं तो यही कहूँगा जी कि तुसी प्यार ना रहो, तो बाकी खुलासा ही रियली स्पीचलेस आई डोंट नो व्हाट टू से. ऑल आई कैन से टू द ब्लोक्स इज ट्राई एंड कीप इट इन योर पैंट्स बॉयज एंड दैट्स इट. आई मीन डोंट नो व्हाट टू डू माय. एक गलती नाल थोड़ा सारा बनया बनाया घर खराब हो जाता. सारा बनया बनाया घर खराब हो जाता. जो तुसी कोई गलत काम करन नू करदे आ ना, तुसी सोचो 15 बारी सोचो कि मेरे घर ते जे पता लग गया कि नतीजा उहदा की होगा या नहीं. एक बारी इत्थे घर टुट जांदा ना, बंदे दा बहुत बुरा हाल हुंदा. मैं तुहानू दसदा, उहनू कोटां च घसीटे जाओ, न्याणियां दे वी पैसे दिओ, घर चों वी कढ सकदे आ. ਉਹ ਐਂਡ ਈਵਨ ਔਰਤ ਦਾ ਵੀ ਦੇਖੋ, ਵਿਆਹ ਤੁਸੀਂ ਕਰਦੇ ਹਾਂ ਇੱਕ ਦੂਜੇ ਦੀ ਮਨਪਸੰਦ ਨਾਲ ਇਕੱਠੇ ਰਹਿ ਰਹੇ ਹਾਂ, ਅਤੇ ਸਿੱਧੀ ਜਿਹੀ ਗੱਲ ਹੈ ਜੀ, ਆਪਣਾ ਘਰ ਨੂੰ ਬਚਾਓ. ਮੈਂ ਤਾਂ ਇਹੀ ਦੱਸੂੰਗਾ. ਇਹ ਜੋ ਹੋ ਰਿਹਾ ਅੱਜ ਕੱਲ੍ਹ, ਆਹ ਰਿਐਲਿਟੀ ਆ ਜੋ ਹੋ ਰਹੀ ਅੱਜ ਕੱਲ੍ਹ. ਇਹ ਅਸਲੀਅਤ ਆ. ਇਹ ਨਹੀਂ ਕਿ 100 'ਚੋਂ 1 ਆ. ਕਾਫੀ ਕੇਸ ਆਉਂਦੇ ਸਾਡੇ ਕੋਲ ਇਸ ਹਫ਼ਤੇ.
मेरे को ब्याह दे घट आ डिवोर्सा दे ज्यादा आ रहे अजकल किस आ हकीकत है इस वेले। सो मैं तो यही कहूँगा जी कि तुम अपने घर वालों घर वाले सामभ के रखो अपनी फैमिली यूनिट बना के रखो प्यार ना रखो तो किसी एतवार ना करो सीधी जी गल किसी एतवार करना अजक जमाने बहुत बड़ी भुलेखा है बहुत बड़ी भुल आस गल आ बाकी जिथे गलत हों समा तुम रोको उत्थे लोगों को कहो असं पता की सोचते हैं सानू की आ जो सानू की आ जो लोगों हों सारे चुप होंगे लुका की कोशिश करते हैं जो साढ़े ना होंगे इदा पिट पिट के छाती से हाथ मार के हाय मर गए हाय मर गया हाय मर गया उट्टी राट पाने जो तुम नहीं किसी की गल सुनोगे जो तकलीफ चाह जो थोड़े न तकलीफ हो गए सारे चुप रहोगे सब साडा फर्ज बनता एक चीज़ा जो माड़िया हटनिया कि जे असं इन्हों पब्लिक के सामने लैके आऊंगे लोगों दसूंगे जी आह चीज़ हो रहा आ रियालिटी आ तो दूजे बचूगे जो तुम चुप ही रहना लोगों की पता कि की हो रहा असलीयत की नहीं मैं तो यही कहूँगा जी अजक बहुत कुछ हो रहा तो बचो ये अपनी फैमलियाँ बचाओ मैं दोनों बतेरा कहना कि जे इंडिया तो आया तुम भी बचो थोड़े ना भी बहुत कुछ हो रहा मैं देखा लोग थानू उल्लू बना रहे ब्रिटिश पासपोर्ट वाले एक नहीं बहुत 15,000 पाउंड दे मेरे को ब्रिटिश पासपोर्ट तेन पक्का करा दूंगा पक्का तो की करा अगला 15,000 लैके बुला भी नहीं मुड़ के और इमीग्रेशन सीधा फोन कर दिया कि चुका लो तो जेडे इतने उन्होंने भी इदा हो रहा कि जी मुंडे कुड़ियां इंडिया तो आके उन्होंने गलत इस्तेमाल कर रहे हो जिस तरह तुम आ देखे ही सो चलो जी आ तो हो गया ये कहते रहे जी पोलैंड वाले मैं तो बहुत सीसा दिना पोलैंड वाले एंड यू नो व्हाट वी गॉट अ लॉट ऑफ पोलिश व्यूअर्स हू वॉच द शो यू नॉट गोना बिलीव मी बट अपने मुंडे मेक देयर वाइव्स सिट एंड वॉच द प्रोग्राम एज़ वेल सो आई विल से हेलो टू ऑल द पोलिश पेंज या आउट देयर हू वॉच द शो एंड पाबियां ओ जोविया ते ओदे विच थानू अ बिग हेलो एंड थैंक यू टू योर कंट्री पंजाब ओज़ बिग डेट टू योर कंट्री वी ऑलवेज लव योर कंट्री पंजाबी लव द पोलैंड जींदे रहो जी पोलैंड वाले जींदे वसदे रहो जी इन्ना किसी मुल्क ने नहीं पंजाबियों की मदद की इंग्लैंड जिन्हें पोलैंड वाले ने की इन्हों तो कोई ना कोई इनाम देना चाहिए कोई इन्हों दे देश दे यादगार दे विच ना साडे जलंधर विच कोई चीज़ बनाओ मैं तो यही कहूँगा कोई चीज़ बनाओ जा अगे हुंदा सी ना अगे हुंदा सी कि इन ओल्डन टाइम्स व्हेन हिंदूज लिव्ड इन पंजाब हैड अ किड दे मेक द ओल्डेस्ट सन अ सिख I don't know why, what the history is about it. But मैं तो यही कहूँगा जी कि इन्हों की यादगार में तुम अपने पहले औलाद का ना कोई पोलिश ना रख्या करो याकूब इदा कुछ या वी या सो रॉबर्ट इदा का वधिया ना रखो क्योंकि पोलैंड ने बहुत मदद की शुड बी ट्विंड विद पंजाब आई नेवर अंडरस्टैंड व्हाई नो वन्स ट्विंड पोलैंड विद पंजाब आई यू नो आई विश दे शुड डू प्लीज बिग 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 डेट इज ओड टू पोलैंड बाय द पंजाबीज विल दे एडमिट इट और नॉट चलो जी पंजाबियों ने तो पोलैंड वाले का थैंक यू नहीं करना मैं कर दिना ऑन बिहाफ सो आई थैंक योर कंट्री ब्यूटीफुल कंट्री आई विल कम टू विजिट वन डे एंड विल फाइंड आउट व्हाट पोलैंड इज़ लाइक जरूर आवांगा मैं पोलैंड जाना एक दिन यार मैं जाना किसी मुंडे मुंडे लैके जाऊँ नाल फिल्म करके आऊँ कि किदा का मुल्क है किदा का नहीं इन्होंने लोगों नाल गलबात करके आऊँगे एंड मैं ये भी दस दिना लॉट ऑफ अज मेरी गल होंदी सी बहुत लोग इत्थे बह के कहिंदे आ कि जी भाजी ये तो सब दो नंबर के विआह हो रहे हैं या किदा हो रहे मैं तुहानूं दसदा जी मैं थोड़ा फैमलियाँ दिखा एक नहीं मैं थोड़ा 200-300 फैमिली दिखा सकता जेदे विच अपने मुंडिया ने सही विआह किया कुड़ियां ना पोलिश वालियां ना तो उन्होंने बड़ी इज्जत ना रख रहे बच्चे भी उन्होंने एंड द ओ लिविंग एंड इन्होंने कोई इस्तेमाल नहीं किया सो उहदे विच ये नीतां होंदियां टब्बर के उत्ते होंदियां ये नीतां जो होंदियां जिहड़ा बंदा पुठे दिन जमदा ना तो उहदा पूरा टब्बर ही पुठा सोचदा वो कदे सीधा नहीं सोचेगा वह हमेशा बेईमानी करेगा भावें पोलिश कुड़ी नाल है भावें अपनी कुड़ी नाल है इनफैक्ट इन माई एक्सपीरियंस मोर पीपल डू फेक मैरिजिज विद अपनी कुड़ियां दैन दे डू विद द एक्चुअल यूरोपियन वन जिन्होंने घर वसाना हुंदा ना वो पोलिश वाली ना भी वसा लूगा गोरी ना भी वसा लूगा अफरीकन ना भी वसा लूगा अपनी ना भी वसा लूगा सो हिल डू एनीवे ये होंगी नीता ते ये होंगी थोड़ी गल रास आई ते थोड़ी मैचिंग हुई ते इहदे विच लॉट ऑफ पीपल से भाजी दैट्स ऑल फेक हो जो वी आर लिसन You got to read the book when it comes out. We'll tell you what fake is. You wouldn't even believe half the stuff that I've seen. If I began to tell you on air, this would become more popular than Jeremy Kyle. Hello? Hello? Is it Harjapaji? Yes, speaking.
Yeah, hi, it's Amit from Scotland. Right. And firstly, I would like to thank you for your show. Thank you very much. Yeah, though I don't speak Punjabi, but I've learned a lot from your show. That's good. What I'm going to do is I'm going to do a show after 9 o'clock so you can learn all the swear words. Okay, all right. I have a friend who's married to a British a lady. Yep. And he wants to know if an Indian gets married to a British lady and for some reason, if the partner or the wife dies or passes away, what happens with the immigration scenario of the person and how does it work about? If he has a visa at the time, a marriage visa, then there's a concession in it that if your partner dies, then you get indefinite leave to remain. Okay, but I think his scenario is like he just got married and I'm not sure if you have to file an extension for the... That's right. Is he a student or something? Does he have a visa? Yeah, he's got a visa. He just married 2 months back. Right. So does he have a marriage visa or does he have a student visa still or whatever? It's a marriage visa, Paji. Right, okay. Okay, so he's got a marriage visa, yeah? Yeah, he's got a marriage visa, yeah. That's fine. Okay. That's okay. That's everything, Paji. But thank you for your show and I'll keep watching. Thank you so much. I hope he's not planning on doing something stupid. No, nothing like that, Paji. Because it's just because nothing is mentioned on the UK border agency or anything, you know. There is a clause in the website. Okay, I'll tell him about it. Yeah, it's in the immigration rules. There's a rule there that if you're on a marriage visa and your partner dies, then you still get indefinite. Okay, definitely. But the thing is, a lot of my friends, we don't speak Punjabi or we don't understand Punjabi. Huh. And I'm the only one who knows a good Hindi. Okay. It makes easy for me to translate on behalf of them. Koi baat nahi, hum Hindi mein baat kar lenge. Okay, thank you. Thank you so much, no problem. Thank you for your efforts and your help. Thank you, buddy. No problem. Thank you very much. Bye. So, Hanji, eh hunda ye sawal puchya. Suspicious, isn't it? When you get married 2 months earlier, Paji, je meri botti puri ho jave, main pakka ho sakda phir vi. Bhrava, byah karan laga nu, aake da sawal puchne sukh bol tu. Ede vich crazy, isn't it? Especially after what I was talking about, and the first caller is like that. Not that he's going to say he's anything suspicious, but this is a good point. Je tusi marriage visa vyah kara ke aaye, tuhade kol marriage visa hai. Te rab na kare tuhada parona ya tuhada wife rab nu pyare ho jaan. Then let's call it like that. Te ode vich tusi pakke ho sakde ho. There's a concession government ne banayi hua ke je tusi itthe marriage visa te aaye te tuhada partner jo British hai, oh pure ho jaan je European hai, oh pure ho jaan. ਤਾਂ ਉਹਦੇ ਵਿੱਚ ਤੁਸੀਂ ਤੁਹਾਨੂੰ ਸਟੇ ਮਿਲ ਸਕਦੀ ਆ ਤਾਂ ਤੁਹਾਨੂੰ ਇਨਡੈਫੀਨਿਟ ਕਰ ਦਿੰਦੇ ਇਹਦੇ ਵਿੱਚ ਕਨਸੈਸ਼ਨ ਆ ਸੋ ਲਿਖਣ ਕਿੰਨੇ ਚੰਗੇ ਆ ਇਹਨਾਂ ਮੈਂ ਭਾਵਾਂ ਤੁਸੀਂ ਤੰਗ ਤੰਗ ਕਰ ਕਰਕੇ ਆਪਣੇ ਪ੍ਰਾਹੁਣਿਆਂ ਨੂੰ ਮਾਰ ਦਿਓ ਫਿਰ ਵੀ ਤੁਸੀਂ ਪੱਕੇ ਹੋ ਜਾਣਾ ਦੈਟਸ ਰੀਲੀ ਗੁੱਡ ਸੋ ਉਹਦੇ ਵਿੱਚ ਕ੍ਰੇਜ਼ੀ ਕਨਸੈਸ਼ਨ ਮੈਂ ਲੁੱਕ ਯੂ ਨੋ ਵਾਟ ਹੈਲੋ ਆਈ ਕੈਨ ਇਮੇਜਿਨ ਵਾਟ ਪੀਪਲ ਆਰ ਗੋਇੰਗ ਟੂ ਸਟਾਰਟ ਡੂਇੰਗ ਹਾਂਜੀ ਹੈਲੋ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਮੈਂ ਜਿੱਦਾਂ ਇੱਥੇ ਬ੍ਰਿਟਿਸ਼ ਨੈਸ਼ਨੈਲਿਟੀ ਆ ਮੇਰੇ ਕੋਲ ਠੀਕ ਹੈ ਜੀ ਤੇ ਮੇਰੇ ਹਸਬੈਂਡ ਇਲੀਗਲ ਨੇ ਭਾਜੀ ਠੀਕ ਹੈ ਜੀ ਤੇ ਲਾਸਟ ਮਾਰਚ ਵਿੱਚ ਅਸੀਂ ਕੋਰਟ ਮੈਰਿਜ ਕੀਤੀ ਸੀਗੀ ਹਾਂਜੀ ਤੇ ਉਸ ਤੋਂ ਬਾਅਦ ਕੇਸ ਲਾਤਾ ਸੀ ਭਾਜੀ ਹਾਂ ਅਗਸਤ ਵਿੱਚ ਭਾਜੀ ਬਾਇਓਮੈਟ੍ਰਿਕਸ ਆ ਗਏ ਸੀਗੇ ਜਿੱਦਾਂ ਇਹਨਾਂ ਦੇ ਹਾਂਜੀ ਤੇ ਪਰ ਉਸ ਤੋਂ ਬਾਅਦ ਭਾਜੀ ਕੁਝ ਵੀ ਨਹੀਂ ਨੀਅਰਲੀ 1 ਸਾਲ ਹੋ ਚੱਲਾ ਨਾਲੇ ਹਾਂਜੀ ਉਸ ਤੋਂ ਬਾਅਦ ਨਹੀਂ ਕੁਝ ਵੀ ਸਾਨੂੰ ਪਤਾ ਲੱਗਾ ਕਿ ਇਹਦੇ ਕੋਈ ਬਾਇਓਮੈਟ੍ਰਿਕਸ ਤੋਂ ਬਾਅਦ ਭਾਜੀ ਲਿਮਿਟ ਹੁੰਦੀ ਆ ਜਾਂ ਫਿਰ ਨਹੀਂ ਭਾਜੀ ਟਾਈਮ ਲਾ ਸਕਦੇ ਆ ਵੈਸੇ ਵੀ ਮੈਰਿਜ ਕੇਸ ਬਹੁਤ ਲੇਟ ਜਾ ਰਹੇ ਤੁਹਾਡੇ ਕੋਲ ਬੇਬੀ ਹੈਗਾ ਹਾਂਜੀ ਭਾਜੀ ਰੀਸੈਂਟਲੀ ਹੋਇਆ ਮੇਰੇ ਕੋ ਬੇਬੀ ਹਾਂਜੀ ਫਿਰ ਤੁਹਾਨੂੰ ਬੇਬੀ ਦੇ ਬੇਸ ਤੇ ਕੇਸ ਤੋਂ ਬਾਅਦ ਲਾਉਣਾ ਚਾਹੀਦਾ ਸੀ ਭੈਣ ਜੀ ਤੁਸੀਂ ਪਹਿਲਾਂ ਹੀ ਲਾਤਾ ਬੇਬੀ ਦੇ ਬੇਸ ਤੇ ਬਾਅਦ ਵਿੱਚ ਜਾਂ ਬੇਬੀ ਤੋਂ ਬਾਅਦ ਲਾਉਣਾ ਚਾਹੀਦਾ ਤੁਹਾਨੂੰ ਭੈਣ ਜੀ ਤੁਸੀਂ ਸ਼ੋਅ ਦੇਖਦੇ ਹੁੰਦੇ ਆ ਹਾਂਜੀ ਹਾਂਜੀ ਮੈਂ ਕੀ ਕਹਿਣਾ ਹੁੰਦਾ ਕਿ ਜਿਹੜੇ ਬ੍ਰਿਟਿਸ਼ ਕੁੜੀਆਂ ਨਾਲ ਵਿਆਹ ਕਰਦੇ ਕੱਚੇ ਆ ਉਹਨਾਂ ਨੂੰ ਇੰਡੀਆ ਜਾਣਾ ਪੈਂਦਾ ਅਨਲੈਸ ਉਹਨਾਂ ਦੇ ਬੇਬੀ ਹੋ ਜਵੇ ਓਕੇ ਹੁਣ ਜਿਸ ਵੇਲੇ ਤੁਸੀਂ ਕੇਸ ਲਾਇਆ ਉਸ ਵੇਲੇ ਤਾਂ ਬੇਬੀ ਹੈ ਨਹੀਂ ਸੀ ਨਹੀਂ ਭਾਜੀ ਬੇਬੀ ਤਾਂ ਹੁਣ ਹੋਇਆ ਫਿਰ ਤੁਸੀਂ ਕੇਸ ਪਹਿਲਾਂ ਤਾਂ ਗਲਤ ਲਾਇਆ ਦੂਜੀ ਗੱਲ ਇਹ ਤੁਹਾਨੂੰ ਆਹ ਕੇਸ ਵਾਪਸ ਲੈ ਕੇ ਤੁਹਾਨੂੰ ਨਵਾਂ ਕੇਸ ਲਾਉਣਾ ਚਾਹੀਦਾ ਬੇਬੀ ਦੇ ਸਿਰ ਤੇ ਅੱਛਾ ਵਾਪਸ ਲੈਣਾ ਚਾਹੀਦਾ ਹੈ ਹਾਂਜੀ ਨਹੀਂ ਤਾਂ ਇਹਦੀ ਨਾ ਹੋ ਜਾਣੀ ਆ ਹਾਂਜੀ ਉਹਨਾਂ ਨੇ ਪਾਸਪੋਰਟ ਵੀ ਰੱਖ ਲੈਣਾ ਸਾਰਾ ਕੁਝ ਹਾਂਜੀ ਕੱਖ ਵੀ ਨਹੀਂ ਮੋੜਨਾ ਫਿਰ ਕੇਸ ਵੀ ਨਹੀਂ ਲੱਗਣੇਗਾ ਹਨ ਨਵੇਂ ਤੇ ਪਾਸਪੋਰਟ ਦਾ ਇਹਨਾਂ ਜਿੱਦਾਂ ਵੀ ਇਹਨਾਂ ਦਾ ਰੱਖ ਲੈਣਗੇ ਪਾਸਪੋਰਟ ਹਾਂਜੀ ਅੱਛਾ ਜੀ ਠੀਕ ਆ ਪਤੀ ਥੈਂਕ ਯੂ ਓਕੇ ਜੀ ਥੈਂਕ ਯੂ ਜੀ ਹਾਂਜੀ ਤੁਹਾਨੂੰ ਮੈਂ ਫਿਰ ਦੱਸ ਦਿੰਦਾ ਜਿਨ੍ਹਾਂ ਨੇ ਬ੍ਰਿਟਿਸ਼ ਕੁੜੀਆਂ ਨਾਲ ਵਿਆਹ ਕੀਤੇ ਉਹ ਕੱਚੇ ਆ ਇੱਥੇ ਵੀਜ਼ੇ ਨਹੀਂ ਲੱਗਦੇ ਇੰਡੀਆ ਜਾਣਾ ਪੈਂਦਾ ਅਨਲੈਸ ਤੁਹਾਡੇ ਬੱਚਾ ਹੋਵੇ ਕਿਉਂਕਿ ਤੁਹਾਡਾ ਬੱਚਾ ਬ੍ਰਿਟਿਸ਼ ਹੁੰਦਾ ਫਿਰ ਉਹਦੇ ਬੇਸ ਤੇ ਤੁਸੀਂ ਕੇਸ ਲਾ ਸਕਦੇ ਆ ਉਹਦੇ ਵਿੱਚ 2.5 ਸਾਲ ਦੇ ਵੀਜ਼ੇ 4 ਵਜੇ ਮਿਲਦੇ 10 ਸਾਲਾਂ ਬਾਅਦ ਤੁਸੀਂ ਪੱਕੇ ਹੁੰਦੇ ਆ ਉਹ ਹੈਗੀ ਬੇਬੀ ਬਾਅਦ ਲੱਗਦਾ ਕੇਸ ਇਹ ਨਹੀਂ ਕਿ ਜੀ ਕੱਲ ਰਾਤ ਅਸੀਂ ਰੋਮਾਂਸ ਕੀਤਾ ਚੱਲ ਕੇਸ ਲਾ ਦਈਏ ਕੱਲ ਨੂੰ ਜਾਂ ਜੀ ਸਾਡੇ ਬੇਬੀ ਨਿਭ ਗਿਆ ਤਾਂ ਅਸੀਂ ਲਾ ਦਈਏ ਕੇਸ ਕੱਲ ਨੂੰ
बेबी होए तो बाद जो थोड़े हाथ च होएगा तो जो वैं अराट पावेगा और फिर बेबी हो जाता ये नहीं कि छह महीनों बाद या चौह महीनों बाद जो स्कैन आ जाता जी स्कैन के बेसिस से केस ला सकते हैं मैं तू पैदा स्कैन के बेसिस से हुई सी तो कहने नहीं भाजी तो मैं तो बी जो पूरी हुई तो फोद भी तेरा रखे थोड़े कितों लैन जानी अकल कितों लैन जानी हैलो 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 जी हैलो हाँ जी हैलो जी सत श्रीकाल जी हाँ जी हरजा पाजी हाँ जी हरजा पाजी बोलदा जी हाँ जी पाजी कितना ठीक है तुसी बहुत बढ़िया जी बहुत बढ़िया अच्छा जी अच्छा अच्छा चलो अच्छा पाजी मैं अपने फ्रेंड ले ही थोड़ा एक सवाल पूछना सी हाँ जी हाँ जी अच्छा पाजी मेरा फ्रेंड ऐसे आया सी 2005 दे बेचे हाँ जी ओदो ऑन तो ना दो तीन महीने बाद फड़ हो गया ठीक है जी फिर जिदा तीन चार दिन हो फिर फड़ हो गया स्कॉटलैंड तो फिंगरप्रिंट लैके जमानत तो पकौड़ा होया दूजा स्टूडेंट ना व्याह करके कोई फायदा नहीं मेरा वीर नहीं मैटर भाजी ने कहना की वाइफ नू पढ़न लई वीजा दिता सी बेबी जमाउन लई नहीं मेरा वीर हां जी वाइफ नू पढ़ाई लई वीजा दिता ना ਮੈਂ ਜਿੱਦਾਂ ਆਉਣਾ 2008 ਤੋਂ ਰੈਗੂਲਰ ਹੈ ਹਾਂਜੀ 2008 ਤੋਂ ਜਿੱਦਾਂ ਮੇਰੇ ਰਿਸ਼ਤੇਦਾਰਾਂ ਨੇ ਮੇਰੇ ਵੀਜ਼ੇ ਦੇ ਪੈਸੇ ਬੂਜ਼ੇ ਜਿੱਦਾਂ ਜੋ ਵੀ ਹੈ ਟਿਕਟ ਤੇ ਲਾਏ ਸੀ ਹਾਂਜੀ ਮੈਨੂੰ 2008 'ਚ ਇੱਥੇ ਆ ਕੇ ਕੁੜੀ ਮਿਲ ਗਈ ਇਟਾਲੀਅਨ ਵੈਰੀ ਗੁੱਡ ਉਹ ਚੰਗੀ ਚੰਗੀ ਕੁੜੀ ਹੈ ਜਿੱਦਾਂ ਵਿਚਾਰੀ ਹੁਣ ਜਿੰਨੀ ਵਾਰੀ ਮੈਂ ਆਇਆ ਮੈਂ ਐਵਰੀ ਈਅਰ ਆਉਣਾ ਆ ਜਿੱਦਾਂ ਉਹ ਮੇਰੇ ਟਿਕਟ ਦੇ ਪੈਸੇ ਸਾਰਾ ਕੁਝ ਉਹ ਪੇ ਕਰਦੀ ਆ ਹਾਂਜੀ ਮੈਂ ਰਹਿੰਦਾ ਵੀ ਉਹਦੇ ਨਾਲ ਆ ਠੀਕ ਹੈ ਜੀ ਹੁਣ ਉਹਨੇ ਪੰਗਾ ਪਾਇਆ ਮੈਨੂੰ ਕਹਿੰਦੀ ਮੇਰੇ ਨਾਲ ਜਿੱਦਾਂ ਪ੍ਰੋਪਰ ਇੱਥੇ ਦਾ ਵਿਆਹ ਕਰਾ ਕੀ ਕਰੀਏ ਫਿਰ ਕਰਾ ਲਾ जो तू आया सी डिक्लेयर कीता सी कि मैं ब्याह आ नहीं 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 मेरा किसी भी पेपर दे विच ए है नहीं कि मैं ब्याह आया राइट क्योंकि ओ जे किसी ने शिकायत करती तेरा सारा काम खराब हो जाना मेरा वीर ओके पहला डिवोर्स ले फिर ब्याह कर सकदा तू इटालियन वाली ना ठीक है जी ओदा कुड़ी चंगी है बेचारी मैंने कहा नहीं इंडिया लेके नहीं ओ चंगी तो आप ही लगनी हुन इंडिया उने मेरे घर नहीं रहना नहीं चंगी तो आप ही लगी नहीं वधिया हुन मेरा वीर वीजा जो दे रही है जेडी इंडिया वाली सी ओ माड़ी है नहीं ओ भी चंगी है पर इत्थे हुन थानू पता बाहरली इटालियन जी मिल गई मैं चलो हाँ जी हाँ जी चलो ये बहुत बहुत नेक विचार है मेरे वीर चलो हाँ जी हाँ जी चलो कोई गल नहीं ऐदा कर मैं मेरा वीर ओदा फिर मुंडे दा की करिए ओदा तो हुन ठीक ही है वधिया है काम ओनु तो नहीं छड़ना उन्होंने जवान बेल बूल ले जवान ते लई दोबारा ओ अगे भज्या जमानत तो हां जी ओ अगे भज्या जमानत तो हुन तो किसे जज अगे भज्या ओ तो किसे जज ने भी नहीं देनी 2000 पाउंड रखया सी ओ भज गया मुड़ ओ किसे जज ने नहीं देनी मेरा वीर जमानत नु जरूर मिली मिलता।
थैंक यू जी बहुत जी वधिया विचार पेश कर रहे हैं इस शो ते बहुत जी नेक है जी के किसी की धी ना विआह करके उन्हें छड़ दिओ जो कि वीजे वाली मिल पी यू नो व्हाट कुडंट माय व्हाट एम आई सपोज्ड टू से टू दैट एंड देन यू से पाजी यू आर हार्ड ऑन देम और समथिंग लाइक दैट यू हैव सीन यू हर्ड इट योरसेल्फ फर्स्ट हैंड दैट वाजंट एनीवन मेकिंग इट अप Guy's basically calling blatantly saying, I found an Italian one. Indian one can do one now. Do the off. Because now she's not, guess what? She's not that good anymore. What a surprise. Chalo ji. Eh to ho gaya ji aa kam. Chalo. Tusi dekhya bina soche to kinne zindagiyan kharab karde hain. Ek banda aap kacha. Pata ki kita? Itthe faujiyan ne. Hun tusi kehna bhai han faujiyan de wale ho. Kita ta galat hi hai. Koi gal nahi kudi sad lenne hain ji. उन्होंने झूठ बोलिया कि जी साढ़े तो असी तो केस हो गए असी पक्के हो गए उन्होंने स्टूडेंट वीजे तो मंगा लिया आप पक्के नहीं उन्होंने कॉलेज नहीं भेजा उन्होंने न्याणे करते वह भी नहीं पक्कियां कच्चे सारे कच्चा प्लस कच्चा इक्वल बच्चा वह भी कच्चा वह फॉर्मूला एन चंगा इस्तेमाल किया हूँ जो फड़ हो गए बहुत इस वेले मेरिया भैन इस वेले इतने बैठ रही जिन्हों के बच्चे हो गए और परौने भेजते मुड़ के वह हूँ बच्चे सामभन इतने की करन की रहन ਪ੍ਰਾਹੁਣਾ ਇੰਡੀਆ 'ਚ ਉਹ ਕਹੀ ਜਾਂਦਾ ਹੁਣ ਆ ਜਾ ਕਹਿੰਦੀ ਆਹੋ ਮੈਂ ਤਾਂ ਜ਼ਰੂਰ ਆਊਂ ਹੁਣ ਮੈਂ ਨਾ ਹੋਰ ਲੱਭੂ ਹੁਣ ਕੋਈ ਵਿਆਹ ਕਰਨ ਲਈ ਤੁਸੀਂ ਦੇਖ ਹੀ ਰਹੇ ਆ ਆ ਆਇਆ ਜੀ ਅਸੀਂ ਇੱਥੇ ਤੱਕ ਆ ਗਏ ਇਹ ਅਸਲੀਅਤ ਆ ਸਾਡੀ ਕਮਿਊਨਿਟੀ ਦੈਟਸ ਵਾਟ ਆਈ ਸੀ ਔਨ ਅ ਰੈਗੂਲਰ ਬੇਸਿਸ ਐਂਡ ਦੈਨ ਆਫਟਰ ਦੈਟ ਯੂ ਸੇ ਪਾਜੀ ਵੈਲ ਹਾਊ ਕਮਸ ਯੂ ਡੋਨਟ ਥਿੰਕ ਹਾਈਲੀ ਆਫ ਦ ਕਮਿਊਨਿਟੀ ਬਿਕਾਜ਼ ਦੈਟਸ ਵਾਟਸ ਹੈਪਨਿੰਗ ਦਿਸ ਇਜ਼ ਵਾਟ ਯੂਵ ਹਰਡ ਇਟ ਆਈ ਡੋਨਟ ਮੇਕ ਦਿਸ ਸਟਫ ਅਪ ਆਈ ਕੁਡਨਟ ਸਿਟ ਡਾਊਨ ਮੇਕ ਦਿਸ ਸਟਫ ਅਪ I hear stuff a lot worse than this, and to tell you, lot, I'd need a show after 10 p.m. I'd love to do Illegal Solutions once after 10 p.m., and you'll hear some of the stuff that I hear, and then you'll think, blimey, what's going on here? Chalo ji, you know what? You'll never stop people doing what they're doing. Jinna marji lokan nu samjha do, jin putha kam karna un karna hai, tusi kade rok nahi sakde. Mainu message aaye ek din, main ghar baitha siga, do message aaye. ਬਾਂਟੀ ਢੋਲਕੀ ਵਾਲੇ ਤੋਂ ਆਇਆ ਇੱਕ ਜੀ ਮੇਰਾ ਪੁਲਿਸ ਫਰੈਂਡ ਲੱਗਾ ਆ ਉਹ ਤੋਂ ਆਇਆ ਉਹ ਕਹਿੰਦੇ ਕਿ ਭਾਅ ਜੀ ਇੱਕ ਬੰਦਾ ਟੀ ਵੀ 'ਤੇ ਤੁਹਾਡੇ ਬਾਰੇ ਅਤੇ ਤੁਹਾਡੇ ਡੈਡੀ ਬਾਰੇ ਗਲਤ ਵਿਚਾਰ ਕਹਿ ਰਿਹਾ ਅਤੇ ਬਹੁਤ ਗਲਤ ਗੱਲਾਂ ਕਹਿ ਰਿਹਾ ਅਤੇ ਮੈਂ ਕਿਹਾ ਅੱਛਾ ਕਿਹੜਾ ਹੋਊ ਕਿਹੜਾ ਨਹੀਂ ਅਤੇ ਉਹਦੇ ਵਿੱਚ ਕੁਦਰਤੀ ਮੇਰੇ ਫਰੈਂਡ ਨੇ ਜਿਹਨੇ ਦੇਖਿਆ ਸੀ ਇੱਕ ਸਾਡੇ ਕਈ ਦਰਸ਼ਕਾਂ ਨੇ ਉਹ ਦੇਖ ਰਹੇ ਸੀਗੇ ਅਤੇ ਉਹ ਰਿਕਾਰਡ ਕਰ ਲਿਆ ਉਹ ਮੈਨੂੰ ਭੇਜ ਦਿੱਤਾ ਕਿ ਭਾਅ ਜੀ ਆਹ ਗੱਲਾਂ ਸੀਗੀਆਂ ਜਦੋਂ ਮੈਂ ਸੁਣੀਆਂ ਇੰਨੀਆਂ ਝੂਠੀਆਂ ਤਾਂ ਘਟੀਆਂ ਗੱਲਾਂ ਸੀਗੀਆਂ ਨਾ ਜੋ ਇਲਜ਼ਾਮ ਲਾਏ ਸੀ ਤਾਂ ਉਹਦੇ ਵਿੱਚ ਮੈਂ ਤਾਂ ਜੀ ਕਾਫੀ ਹੈਰਾਨ ਹੋਇਆ ਸੁਣ ਕੇ ਕਿ ਜੀ ਇਹ ਬੰਦਾ ਇੱਦਾਂ ਕਿਉਂ ਕਹਿ ਰਿਹਾ ਝੂਠ ਕਹਿ ਰਿਹਾ ਉਹਨਾਂ ਇਹ ਇਲਜ਼ਾਮ ਲਾਏ ਜੀ ਕਿ ਖਰਜਾਬ ਤਾਂ ਉਹਦੇ ਡੈਡੀ ਨਗਰ ਕੀਰਤਨ ਵਾਲੇ ਦਿਨ ਵਿੱਚ ਖੜ ਕੇ ਜੀ ਫੌਜੀਆਂ ਨੂੰ ਗਲਤ ਕਹਿ ਰਹੇ ਸੀਗੇ ਤਾਂ ਮੈਂ ਕਿਹਾ ਮੈਂ ਤਾਂ ਨਗਰ ਕੀਰਤਨ ਵਾਲੇ ਦਿਨ ਤਾਂ ਸੀਗਾ ਹੀ ਨਹੀਂ ਨਗਰ ਕੀਰਤਨ ਵਾਲੇ ਦਿਨ ਜਦੋਂ ਸਾਊਥ ਹਾਲ 'ਚ ਹੋਇਆ ਮੈਂ ਤਾਂ ਬੈਠਾ ਸੀ ਜੀ ਰੇਨਮ ਕਿਉਂਕਿ ਅਸੀਂ ਤਾਂ ਖੁਸ਼ੀ ਨੂੰ ਲੈ ਕੇ ਗਏ ਸੀ ਮੈਂ ਤਾਂ ਆਪਣੇ ਉੱਥੇ ਆਂਟੀਆਂ ਨੂੰ ਮਿਲਾਉਣ ਗਿਆ ਸੀਗਾ ਅਤੇ ਨਾ ਹੀ ਜਿਹਨਾਂ ਨੂੰ ਪਤਾ ਹੈ ਕਿ ਸਾਊਥ ਹਾਲ ਸੀਗਾ ਕਿ ਉਹਨਾਂ ਨੂੰ ਪਤਾ ਕਿ ਭਾਅ ਜੀ ਨੂੰ ਤਾਂ 2-3 ਸਾਲ ਹੋ ਗਏ ਨਗਰ ਕੀਰਤਨ ਜਾਇਆ ਨਹੀਂ ਕਿਉਂਕਿ ਏਸੀ ਸਟੋਲ ਲਾਈਦਾ ਚਲੋ ਮੈਂ ਸੁਣ ਲਈ ਗੱਲ ਉਹ ਉਹਦੇ ਵਿੱਚ ਸਾਡਾ ਨਾਂ ਵੀ ਲਿਆ ਗਿਆ ਮੇਰੇ ਡੈਡੀ ਦਾ ਵੀ ਨਾਂ ਲਿਆ ਗਿਆ ਅਤੇ ਜਾਣੀ ਕਾਫੀ ਝੂਠੀਆਂ ਗੱਲਾਂ ਸੀਗੀਆਂ ਉਹਦੇ ਖਿਲਾਫ ਜੀ ਕੀਤੀ ਅਸੀਂ ਕੰਪਲੇਂਟ ਆਫਕੋਮ ਨੂੰ ਕਿ ਝੂਠੀਆਂ ਗੱਲਾਂ ਆ ਸਾਬਤ ਕਰੋ ਕਿ ਨਹੀਂ ਤਾਂ ਇਹ ਜੋ ਸਾਡਾ ਅਸੀਂ ਤੁਹਾਡੀ ਕੰਪਲੇਂਟ ਕਰਨੀ ਬੜੀ ਖੁਸ਼ੀ ਦੀ ਮੌਕੀ ਆ ਜੀ ਕਿ ਆਫਕੋਮ ਨੇ ਵੀ ਸਾਡੀ ਕੰਪਲੇਂਟ ਇਨਵੈਸਟੀਗੇਟ ਕੀਤੀ ਆ ਅਤੇ ਖੁਦ ਜਿਹਦੇ ਚੈਨਲ 'ਤੇ ਕੀਤਾ ਗਿਆ ਵੀਨਸ ਟੀ ਵੀ 'ਤੇ 805 'ਤੇ ਉੱਥੇ ਇਨਵੈਸਟੀਗੇਸ਼ਨ ਕੀਤੀ ਆ ਅਤੇ ਹੁਣ ਸਾਨੂੰ ਇਹਨਾਂ ਨੇ ਮਾਫ਼ੀਨਾਮਾ ਭੇਜਿਆ ਹੈਗਾ ਜੋ ਕਿ ਤੁਸੀਂ ਦੇਖ ਲਓ ਇਹਨੂੰ ਸਾਡੇ ਮੁਆਫ਼ੀਨਾਮਾ ਜੀ ਮੈਂ ਤੁਹਾਨੂੰ ਹੁਣੇ ਆ ਪੜ੍ਹ ਕੇ ਸੁਣਾ ਦਿੰਦਾ ਜੀ ਆਹ ਦੇਖੋ ਸੈਨ ਹੋਏ ਹੋ ਜੀ ਥੱਲੇ ਆਹ ਦੇਖੋ ਤਾਹਿਰ ਅਲੀ ਸਾਹਿਬ ਦੇ ਜੋ ਕਿ ਚੇਅਰਮੈਨ ਹੈਗੇ ਆ ਵੀਨਸ ਟੀ ਵੀ ਦੇ ਅੱਛਾ ਇੱਦਾਂ ਆਹ ਦਾ ਹਾਂ ਮੈਂ ਚਿੱਠੀ ਲੰਡਨੋਂ ਲਿਖਦਾ ਤਾਰਾ ਇਹਨੂੰ ਪੜ੍ਹ ਕੇ ਸੁਣਾ ਮੇਰੇ ਯਾਰਾ ਚਲੋ ਜੀ ਮੈਂ ਤੁਹਾਨੂੰ ਸੁਣਾਉਣਾ ਜੀ ਹੁਣ ਇਹ 'ਚ ਲਿਖਿਆ ਜੀ ਸ਼੍ਰੀਮਤੀ ਹਰਜਾਪ ਸਿੰਘ ਭੰਗਲ ਸਾਹਿਬ 7 ਜਨਵਰੀ ਨੂੰ ਅਸੀਂ ਜੋ ਕਿ ਪ੍ਰੋਗਰਾਮ ਹੋਇਆ 8:55 'ਤੇ ਉਹਦੇ ਵਿੱਚ ਅਸੀਂ ਇਹ ਚਿੱਠੀ ਲਿਖ ਰਹੇ ਹਾਂ ਮਾਫ਼ੀ ਮੰਗਣ ਲਈ ਅਤੇ ਹਰਜਾਪ ਸਿੰਘ ਭੰਗਲ ਨੂੰ ਤਾਂ ਉਹਦੇ ਡੈਡੀ ਸੁਰਿੰਦਰਪਾਲ ਸਿੰਘ ਭੰਗਲ ਨੂੰ 7 ਜਨਵਰੀ ਦੇ ਵਿੱਚ ਇੱਕ ਪ੍ਰੋਗਰਾਮ ਹੋਇਆ ਸੀ ਸਾਡੇ ਚੈਨਲ 'ਤੇ ਵੀਨਸ ਟੀ ਵੀ 'ਤੇ ਜਿਹੜਾ ਪ੍ਰੋਗਰਾਮ ਦਾ ਨਾਮ ਮੁੰਡਾ ਸਾਊਥ ਹਾਲ ਦਾ ਮਿਸਟਰ ਮੇਜਰ ਸੰਧੂ ਪ੍ਰਜੈਂਟ ਕਰ ਰਹੇ ਸੀਗੇ ਤਾਂ ਉਹਦੇ ਵਿੱਚ ਜੋ ਕਿ ਗੱਲਾਂ ਕਹੀਆਂ ਗਈਆਂ ਉਹ ਗਲਤ ਸੀਗੀਆਂ ਅਤੇ ਉਹ ਬਿਲਕੁਲ ਬੇਬੁਨਿਆਦ ਸੀਗੀਆਂ ਮਿਸਟਰ ਸੰਧੂ ਨੇ ਅਤੇ ਇੱਕ ਬੰਦੇ ਨੇ ਜੋ ਕਿ ਕਾਲਰ ਬਣ ਕੇ ਫੋਨ ਕੀਤਾ ਸੀਗਾ ਆਫਕੋਮ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਆਪਣੀ ਖੁਦ ਅਸੀਂ ਜਾਂਚ ਪੜਤਾਲ ਲਗਾ ਅਸੀਂ ਇਹ ਗੱਲ 'ਤੇ ਨਤੀਜੇ 'ਤੇ ਪਹੁੰਚੇ ਕਿ ਇਹ ਕਮੈਂਟ ਬਿਲਕੁਲ ਗਲਤ ਸੀਗੇ ਝੂਠੇ ਸੀਗੇ
तो एज अ रिजल्ट इस चीज़ों के रिजल्ट करके असी हुण मुंडा साउथ हॉल प्रोग्राम का बंद कर दिता है। ये असी यह भी फैसला किया कि मेजर संधु साढ़े प्रोग्राम से टीवी स्टेशन पर प्रोग्राम नहीं कर सकता, तो गाहां असी यह प्रोमिस करते हैं कि असी अगे भी इनू अपने चैनल पर नहीं लिया दोगे। साडा ये इंटेंशन नहीं सी कि मिस्टर भंगल नू जां उहदी फैमिली नू कोई ना कोई नुकसान पहुँचे, तो सानू यह भी नहीं पता सीगा कि मेजर संधु इदां दी गलत गल्लां या बेबुनियादी गल्लां एयर ते करन लगा। मिस्टर संधु की जिम्मेवारी प्रजेंटर होने के नाते यह सी कि किसी गल नू भी चैलेंज करना, बट वो उल्टा वह गल नू बढ़ावा देने की कोशिश कर रहा सीगा। उहदी अनप्रोफेसनल प्रजेंटिंग वजह करके असी जो नुकसान तो दुख पहुँचा भंगल परिवार को असी बारे माफ़ी मंगते हैं। असी यह चीज़ में मानते हैं कि मिस्टर भंगल की शो से इस स्टेटमेंट पढ़ी है, तो सारी तुसी प्रेस में स्टेटमेंट दे सकते ताकि क्लैरिफाई हो जाए। ये लो जी, ये जी थानू जो कोई सुनावे तो दसे कि जी शो बंद क्यों होया, नहीं कि बिजी है जी या बुकिंग बहुत है जी की आ कारण है जी शो बंद होया। जे तुसी गलत करोगे तो फिर थोड़े न जो इत्थे दे सिचुएशन आ वो इदा ही होंगे जी काम जो होंगे आ। बाकी आ देखो जी आ जो मैं कह रहा कोई बेबुनियादी गल नहीं, साइंड लैटर आ जी मेरे को ऑफकॉम की इनवैसटीगेशन के पेपर आ मेरे को, जिन्होंने आके देखना देख सकते हैं चैलेंज कर सकते हैं। आ सामने आ पूरी 100% फीस की सच्ची गल आ। टीवी प्रजेंटर का मतलब यह होंगे कि तुम बह के कम्यूनिटी की सेवा करो, तुम पब्लिक की सेवा करो, इनफॉर्मेशन दो पब्लिक नू जो सही आ, ना कि तुम चोरा आंगर पिठ ते छुड़ियां चलाओ। मैं तो यही कहूँगा जी जे किसी ने कोई गल कहनी आ तो सामने आओ, मैं थोड़ा टाइम दिना, मेरे च अखा अखा पा के मेरे गल करो, नाले मैं थोड़ा सुनाऊ थोड़े बारे, नाले तुसी मेरे गल करो जो की हैगी जी। उदा शहरो शहरी लिखनी, मैं हुण इहनू नहीं कह रहा, मैं किसी नू भी कह रहा, उदा शेरो शहरी लिखनी जी असी शेर आ जी फलाना चम गया। जे तुसी शेर आ शेरां वाले एक्शन करो, भेड़िया वाले नहीं जो है शेर के खल च भेड़िए अच्छा नहीं गल जो हैगी। जो गल करनी आ तुसी सामने अगले दे करो, जो कि प्रजेंटर मेरी यह बेनती है कि तुसी जिम्मेवार गल्लां करो, ना कि गलत गलत गल्लां फैलाओ जो की आ, ते जो अपनी सही वजह दसो कि तुसी टीवी ते क्यों नहीं आए इस वेले, ते क्यों थोड़ा शो बंद होया। जे थोड़े हिम्मत नहीं दसन दी तो मेरे च हैगी आ दसन दी। सो हियर्स अ ऑलरेडी सेज वी राइट इन रिलेशन टू द अबव मैटर रिगार्डिंग एज अ लेटर ऑफ अपोलॉजी टू मिस्टर हरजप सिंह बैंगो एंड हिज फादर सुरेंद्र पाल सिंह बैंगो। On the 7th January 2013, we aired a live broadcast on our channel Venus TV, Sky Channel 805, during a program called Munda Sautalda, presented by Major Sandhu, that was televised between 8 p.m. and 9 p.m. and now realize that defamatory and incorrect comments were made by Mr. Sandhu and a person purporting to be a genuine caller on the show. Matlab Mr. Sandhu ne to ek banda jo ke apne aap nu genuine keh reha si show te unhone galat statementa kitiyan. Ofcom investigation to bar, after an Ofcom investigation and our own investigations, we now realize that these comments were untrue, and as a result of this broadcast and its previous action in past programs, no longer broadcast a program called Munda Sautalda. In light of this, we have decided not to allow Major Sandhu to continue broadcasting on our channel and undertake that we will not allow him to present on our channel in the future. We did not intend to defame Mr. Bangle or his family in any manner, and we ourselves are unaware that Major Sandhu was going to make these untrue and false comments on air. As a presenter, it was Mr. Sandhu's responsibility to challenge the comments instead of encourage him like he did so. As a result of his unprofessional presenting, we understand and apologize for the distress caused to Mr. Bangle and his family. We agree for this statement to be read out to Mr. Bangle's show at MATV and also for it to be released by way of to the press by way of clarification. Yours sincerely, Tahir Ali, Chairman Venus TV. Hello, ji. A katte da katta ho gaya. A nikal gaya. Dodh da dodh, pani da pani ho gaya. Main ta ehi kahunga ji, je tusi रड़क कढ़नी अपनी तो सामने आके कढ़ो। यह जो तुसी पिठ पिछे पता नहीं मेरे ना पता नहीं लोग पंगे क्यों ले जाते हैं, तो थानू पता है ना कि वकीलों ना पंगे फिर महंगे तो पेंदे ही है कदे ना कदे। तो फिर हम लोगों को दसो भी कि असी टीवी ते क्यों नहीं आ रहे, की वजह आ, सानू क्यों नहीं साडा चैनल मुड़ के आन दिंदा, की गल हुई है की नहीं। वह तो खा जाते सारे बिच गल तो यह है जी, यह चीज़ तो की मिली आ, की थानू मिलिया इस गल च भी, मैं थानू की गल दूंगा अकल इस गल की कि देखो जी जे तुसी झूठ के सहारे नाल किसी का थला लाने की कोशिश करनी है, झूठिया गल करनी है, तो फिर खास तौर पर अगला सच्चा हो फिर तो जो निकलनी है ना थोड़ा पटाका पैना तो आटे आंगर खिलर जाना। सो यह तो जी हो गया, खिलर गया जी आटे आंगर, क्यों सच्चाई की जित हमेशा होंगी है, टाइम लगता पर सच्चाई की जित हमेशा होंगी है। बाकी मैं ताहिर अली जो वीनस टीवी तो हाँ उन्हों का बहुत बहुत धन्यवाद करदा,
क्योंकि वह इस चीज़ में पछाण गए कि जी इस चीज़ बारे सानू कोर्ट कचहरी नहीं जाना चाहिए, असी बह के सुलझा लीए। वो आप जी इत्थे आए, दो तीन वारी आए स्टूडियो, नहीं तो कोई टीवी स्टूडियो का चेयरमैन किसी टीवी स्टूडियो दे जांदा नहीं, ये इन्नी लागडा जो तुहानू पता ही आ। तुसी हुण एक विंडो कंपनी का मालक दूजी विंडो कंपनी का मालक दे नहीं जांदा, इन्हें वो आप आए, उन्होंने माफ़ी मंगी इस चीज़ की, लैटर दिता उन्होंने, तो उन्होंने ये भी किया कि हरजाब देखो ये साढ़े ही बस की गल नहीं सी कि प्रजेंटर ने सब तो बारह हो के चीज़ा कही करके असी इनू ला दिता, तो गह भी इनू टी वी स्टेशन पर नहीं आन दूंगे, तो वह असी राइटिंग ली देने ली तैयार हाँ। तो मैं भी फिर वो यही सोचा, कुलदीप जी जो कि साढ़े एम ए टी वी दे उन्होंने वालों सलाह मन के मैं उन्होंने यही किया कि लुक के इस बैठा के बह के गल समझा उन्होंने, जे प्रजेंटर ही थोड़ा गलत हो चैनल ने क्यों सज़ा दी जा हो, जा तो मैं भी सकता सी कोर्ट कचहरी, मैं पैसे भी मिल जाने से सुख ना, काफ़ी बड़े मोटा माल मिल जाना सगा, तो चलो मैं तो गड्डी लैंदा ना नवी, पर पैसे के लालच नहीं, गल तो सच्चाई की है कि थोड़े सामने सच्चाई की लिया, तो उन्होंने मैं बहुत बहुत थैंक यू करता ताहिर अली जिन्होंने सच्चाई पछाणी, उन्होंने कहा हरजाब असी सच्चाई पछाणते हैं तो असी थोड़े नाल खड़े हैं, तो बंदा गलत सी असी इनू कढ दिता टीवी दे विच, जी थोड़ा यह ये नहीं आ रहे टीवी पर, ये कोई झूठी वाली गल नहीं, थोड़ा मैं चिट्ठी टीवी पर सुनाई है, मैं प्रेस में भी रिलीज़ करनी है चिट्ठी, कल सारिया अखबारों वगैरह वैबसाइटा सारिया दी जाएगी जो हैगी है, तो इन्हों जी जो सही आ तो गलत आ, ये मैं यही कहूँगा। मैं थोड़ा एक गल दसदा, मैं पैसे नहीं कमाए इमीग्रेंटा तो, चाहन मैं कमा सकता सी, जिस तरह स्टूडेंट दस रहे हैं कि जी आए, बहुत लोगों ने बकाए मेरे नाल दे पढ़े लिखे जिन्होंने मेरे नाल काम किया उन्होंने बहुत कमाए आ गुमराह करके लोगों, बट मैं नहीं कमाए, बट मैं यारियां जरूर कमाइया, तो मैं इज्जत जरूर कमाई आ, इतनी इज्जत कमाई आ जी कि मैं फौजा का कमांडर हाँ, मैं उन्होंने मदद करना सही तरीके नाल कि वो सही दस, उन्होंने सही सलाह हमेशा दसूँगा, तो बाकी मैनू इन्नी खुशी आई कि फौजा नू मेरी रिस्पैक्ट है कि जिथे मेरे नाल कोई इदा का हुंदा वो नाल खड़दे आ, वो एक्चुअली इनफॉर्म करते स्ट्रेट वे तो पिछे नहीं हटते, इन्ना माण मैनू हैगा अपने थोड़े ते खास तौर पर व्यूअरां ते जो हैगा आ, मैनू इस चीज़ का बहुत बहुत मैं धन्नवादी हाँ, तो बहुत बहुत माण आ मैनू इस चीज़ का कि तुसीं मैनू इन्नी इज्जत दिंदे आ, तो तुसीं बह के प्रोग्राम सुनदे आ, तो थानू सच और गलत का फर्क आ। बाकी इल्जाम भी देखो किदा लाया जी कि जी वो नगर कीर्तन, तो नगर कीर्तन जिथे 50-60 हज़ार बंदा हुंदा कि जी उत्थे जाके जी फौजियां नू गालां कढ़दे सी जां की करदे सी, मैं तो भरावा उदा ही नहीं गल करती है कदे, तो जे नगर कीर्तन कढ़ा हुंदा तो लोगों को पता नहीं लगता, मैं तो सिगा ही नहीं उस दिन उत्थे, झूठा इल्जाम लाउण दी मतलब कि फौजियां च इहदी रिस्पैक्ट इन्नी बनी हुआ इहदी रिस्पैक्ट ढाई है किसी ना किसी तरीके नाल, इहदी डैमेज करिए, अज जो चलाकियां होनियां इह कदे कामयाब नहीं होनियां, झूठ दे कदे पैर नहीं हुंदे, जो सच का बंब फटदा ना आल दुआला देखदा नहीं, यह सब कुछ रोल दिंदा इहदे विच, तो इदां फिर हुंदा कम, फिर हरजाब भंगल होनी इदां करदे आ, तो बाद च फिर तुसीं उहदे विच आ तुसीं जो नतीजा देख ही रहे आ। मैं तां पढ़ के सुनाई है जी क्योंकि मैं यह जनवरी च होया, मैं उदा चुप ही बैठा, मैं कोई गल नहीं की वो बारे, जो तो मैनू पता, मैनू भी गुस्सा आता उस चीज़ पर कि जी गलत गल्ला फरा रहे हैं, खास तौर पर मेरा बजुर्ग डैडी आ जी, वह हम 17 साल लागे छागे हुए आ, हार्ट के पेशेंट आ, जे वह गल दिल नू ला लेंदे उस चीज़ को जां कोई उन्होंने ओए कह दिंदा स्ट्रीट विच, तो मेरे डैडी तो जाते लगने कि गैर जिम्मेवार गल आ ये, तो मैं तो थानू यही कहूँगा कि जी सच्चाई ना हमेशा जुड़ो, सच झूठ का नाले किन्नी बेवकूफी की गल है कि तुम पब्लिक नू किन्ना उल्लू समझते हैं कि वह सच गलत का परख नहीं कर रहे। मैं थोड़ा यही आस करता कि तुम मैं किन्ने चिर तो देख रहे हैं, 7-8 साल तो इतों तुम मैं देख रहे हैं टीवी पर, थानू सच्चाई का भी पता गलत का भी पता, थानू भी पता सही कौन है, तो मैं थोड़ा यही एक बात कहूँगा कि इस नसीहत लो, सच्चाई ना जुड़ो, झूठ नाल ना जुड़ो, किसी की लाने की ना कोशिश करो कुछ खास तौर झूठ के नाल, जो सच्चाई मोहरे आ ना झूठ नहीं टिकता, तो इदा फिर होंगे माफ़ी इदा मंगी जाती है माफ़ी नाम है, फिर जी इदा पता लगता कोर्ट कचहरिया के काम होंगे। बाकी मैं तो एक चीज़ कहनी है जी, कि मुंडा साउथ हाल का बनाता ना भंगल ने बंदा तेन। हेलो जी सत श्रीकाल जी, मैं थोड़े गल करनी थी कि जिदा सानू जिदा सन बच्चों के नाल आया 7 साल हो गए। हाँ जी, असी जिदा एक साल 8-9 महीने पहला असी अप्लाई कर दिता सीगा। हाँ जी, उन्होंने सानू जिदा रिफ्यूज कर दिता सीगा। हाँ जी, सत्ता तो बाद कीता सी या पहला करता सी?
ਮੇਰੀ ਬੇਟੀ ਇਸ ਟਾਈਮ ਜਿਦਾ 13 ਸਾਲ ਦੀ ਆ ਤੇ ਮੈਨੂੰ ਤੇ ਮੇਰੀ ਬੇਟੀ ਨੂੰ ਜਿਦਾ ਉਹਨਾਂ ਨੇ ਸਾਨੂੰ ਸੱਦਿਆ ਉੱਥੇ ਤੇ ਇਦਾਂ ਮਤਲਬ ਸਾਨੂੰ ਜਾਣਾ ਚਾਹੀਦਾ ਕਿ ਇਦਾਂ ਜਿਸ ਵੇਲੇ ਤੁਸੀਂ ਅਪਲਾਈ ਕੀਤਾ ਉਸ ਤੋਂ ਲੈਂਦੇ ਆ ਕੇਸ ਹੁਣ ਉਹ ਵੀ ਕੀ ਪਤਾ ਉਹਦੇ ਚ ਵੀ ਸ਼ਰਤ ਹੁੰਦੀ ਕਿ ਪਹਿਲਾਂ ਨਾ ਹੋਈ ਹੋਵੇ ਹਾਂ ਇਹ ਤਾਂ ਤੁਸੀਂ ਆਪਣਾ ਕੰਮ ਆਪ ਹੀ ਖਰਾਬ ਕਰ ਲਿਆ ਇਹ ਤੁਹਾਨੂੰ ਕਿਹਾ ਕਿ ਨਹੀਂ ਕਿ ਪਹਿਲਾਂ ਪਾ ਦਿਓ ਭੈਣ ਜੀ ਨਹੀਂ ਪਾਉਣੀ ਚਾਹੀਦੀ ਤੁਹਾਨੂੰ ਸੱਤਾਂ ਤੋਂ ਬਾਅਦ ਪੈਣਾ ਚਾਹੀਦਾ ਇਹ ਕੇਸ ਤਾਂ ਕਾਮਯਾਬ ਹੁੰਦੇ ਹਾਂਜੀ ਵੈਸਟ ਬ੍ਰਹਮ ਆ ਜੀ ਹਾਂਜੀ ਕਿਹੜੇ ਦਿਨ ਹੁੰਦੇ ਆ ਮੰਗਲਵਾਰੀ ਲੱਤਾਂ ਵਢਾ ਕੇ ਫਿਰ ਵੱਡਾ ਡਾਕਟਰ ਚੇਤੇ ਆਉਂਦਾ ਪਰ ਲੱਤਾਂ ਵੱਡੀਆਂ ਸੀ ਨਹੀਂ ਹੁੰਦੀਆਂ ਸੋ ਇਹ ਪਹਿਲਾਂ ਹੀ ਆ ਜਾ ਕਰੋ ਚਲੋ ਮੈਂ ਤੁਹਾਨੂੰ ਇੱਥੋਂ ਸਾਰਾ ਕੁਛ ਫ੍ਰੀ ਤਾਂ ਦੱਸੀ ਜਾਂਦਾ ਕਿ ਸੱਤ ਦਾ ਮਤਲਬ 6 ਨਹੀਂ ਹੁੰਦਾ 6.5 ਨਹੀਂ ਹੁੰਦਾ 6.25 ਨਹੀਂ ਹੁੰਦਾ 7 ਹੀ ਹੁੰਦੇ ਆ ਜੇ ਮੈਂ ਤੁਹਾਨੂੰ ਕਹਾਂ ਜੀ 7 ਘੰਟੇ ਦੇ ਪੇ ਦੇਣੇ ਆ ਤਾਂ ਤੁਹਾਨੂੰ 6.25 ਦੇਵਾਂ ਫਿਰ ਤੁਸੀਂ ਕਹਿਣਾ ਓ 6.25 ਤੂੰ 7 ਕਿਹਾ ਸੀਗਾ ਤਾਂ ਉਹੀ ਗੱਲ ਆ ਕਿ ਸੱਤਾਂ ਦਾ ਮਤਲਬ 7 ਹੁੰਦਾ ਜਦੋਂ ਪੇ ਨੂੰ ਆਉਂਦੇ ਬਹੁਤ ਤੁਹਾਨੂੰ 7 ਚੇਤਾ ਰਹਿੰਦਾ ਕਿ ਕੀ ਹੁੰਦਾ ਜੇ ਘੰਟੇ ਲਾਉਣੇ ਹੁੰਦੇ ਉਦੋਂ 7 ਤੁਸੀਂ ਕਿਉਂ ਆਪਣੀ ਜ਼ਿੰਦਗੀਆਂ ਖਰਾਬ ਕਰ ਰਹੇ ਆ ਸਿਰਫ ਥੋੜ੍ਹੇ ਮਹੀਨਿਆਂ ਕਰਕੇ ਲਾਲਚ ਬਹੁਤ ਬੁਰੀ ਚੀਜ਼ ਆ ਮੈਂ ਦੇਖਿਆ ਲਾਲਚ ਬਹੁਤ ਬੁਰੀ ਚੀਜ਼ ਆ ਤੁਸੀਂ ਬੱਚਿਆਂ ਦਾ ਮਸਲਾ ਹੈ ਵਿੱਚ ਇਹ ਜੋ ਪਹਿਲਾਂ ਕੇਸ ਖਰਾਬ ਹੋ ਜਾਂਦੇ ਇਹਨਾਂ ਦੇ ਬਾਅਦ 'ਚ ਵੀ ਹੋ ਜਾਣ ਸਹੀ ਹੈ ਤਾਂ ਸ਼ੁਕਰ ਆ ਰੱਬ ਦਾ ਨਹੀਂ ਤਾਂ ਇਹ ਤਾਂ ਹੋਰ ਲੰਬੇ ਹੁਣ ਖਿੱਚ ਹੋ ਸਕਦੇ ਆ ਫਿਰ ਚਲੋ ਭਾਅ ਜੀ ਨੂੰ ਮਿਲਿਆ ਨੇ ਆ ਕੇ ਹੁਣ ਭਾਅ ਜੀ ਤੋਂ ਹੁਣ ਤੁਸੀਂ ਕੀ ਕਹੋ ਤੁਸੀਂ ਵੱਡਾ ਆਪਰੇਸ਼ਨ ਕਰਕੇ ਲੱਤਾਂ ਦਾ ਵੱਢ ਚੁੱਕੇ ਆ ਆਪਣੀਆਂ ਭਾਅ ਜੀ ਹੁਣ ਟਾਂਕਾ ਲੈ ਕੇ ਤਾਂ ਬੈਠਾ ਨਹੀਂ ਧਾਗਾ ਸੂਈ ਲੈ ਕੇ ਉਸ ਚੀਜ਼ ਨੂੰ ਉਹੀ ਕਰ ਸਕਦੇ ਜੋ ਕਾਨੂੰਨ ਸਾਨੂੰ ਇਜਾਜ਼ਤ ਦਿੰਦੀ ਹੈ ਦੇਣ